ਅੰਤ ਨਾ ਸਿਫਤੀ ਕਹਿਣ ਨਾ ਅੰਤ ਨਾ ਕਰਨ ਦੇਣ ਨਾ ਅੰਤ ਨਾ ਵੇਖਣ ਸੁਣਨ ਨਾ ਅੰਤ ਨਾ ਜਾਪੈ ਕਿਆ ਮਨ ਮਾ ਅੰਤ ਨਾ ਜਾਪੈ ਕੀਤਾ ਆਪਾ ਅੰਤ ਨਾ ਜਾਪੈ ਪਾਰਾ ਵਾ ਅੰਤ ਕਾਰਨ ਕੇਤੇ ਪਹਿਲਾਂ ਹੈ ਤਾਂ ਕਿ ਅੰਤ ਨਾ ਪਾਏ ਜਾ ਇਹ ਅੰਤ ਨਾ ਜਾਣੇ ਹੋਵੇ ਬਹੁਤਾ ਕਹੀਏ ਬਹੁਤਾ ਵੱਡਾ ਸਾਹਿਬ ਊਚਾ ਥਾ ਊਚੇ ਉੱਪਰ ਊਚਾ ਨਾ ਕੇਵਲ ਊਚਾ ਹੋਵੇ ਕੋਈ ਇਸ ਊਚੇ ਕੋ ਜਾਣੇ ਸੋ ਜੇਵਲ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਨੀ ਦਾ ਇਹ 24ਵੀਂ ਪੌੜੀ ਹੈ ਔਰ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਲਫ਼ਜ਼ ਅੰਤ ਜਿਹੜਾ ਹੈ ਉਹ ਕਾਫੀ ਵਾਰੀ ਇਸਤੇਮਾਲ ਹੋਇਆ ਸ਼ੁਰੂਆਤ ਵਿੱਚ ਸੋ ਅੰਤ ਦਾ ਮਤਲਬ ਬੜਾ ਸਾਫ ਜਾਵੇ ਕਿ ਅਸੀਂ ਸਭ ਸਮਝਦੇ ਅਖੀਰ ਆਖਿਰ ਤੱਕ ਪਰਲਾ ਬੰਨਾ ਪਰ ਇੱਕ ਬਹੁਤ ਖੂਬਸੂਰਤ ਉਹਦੇ ਮੀਨਿੰਗ ਵੀ ਕੀਤੇ ਗਏ ਨੇ ਉਹ ਕਹਿੰਦੇ ਨੇ ਪਰਮਾਤਮਾ ਦਾ ਭੇਦ ਉਹਦੇ ਮਿਲਣ ਦਾ ਭੇਦ ਮਤਲਬ ਉਹਦੇ ਮਿਲਣ ਦਾ ਕੋਈ ਸਬਬ ਜ਼ਰੀਆ ਸੋ ਲਫ਼ਜ਼ਾਂ ਦੀ ਚੋਣ ਔਰ ਉਹਨਾਂ ਦੇ ਅਰਥਾਂ ਦੇ ਅਰਥਾਂ ਦੀ ਚੋਣ ਇਹ ਜੋ ਮੰਤਵ ਚੱਲ ਰਿਹਾ ਜੋ ਵਿਸ਼ਾ ਚੱਲ ਰਿਹਾ ਉਹਦੇ ਪ੍ਰਥਾਏ ਸਾਡਾ ਉਹਨੂੰ ਇਸਤੇਮਾਲ ਕਰਨਾ ਪੜਦਾ ਅੰਤ ਨਾ ਸਿਫਤੀ ਸਿਫਤਾਂ ਦਾ ਜਿੱਦਾਂ ਅੰਤ ਨਹੀਂ ਹੈ ਮਤਲਬ ਉਹਦੇ ਇੱਕ ਤਾਂ ਹੋ ਗਿਆ ਅਖੀਰ ਆਖਿਰ ਵੀ ਹੋ ਗਿਆ ਕਿ ਵੀ ਇੱਥੇ ਮੈਨੂੰ ਪਤਾ ਕਿ ਅਖੀਰ ਹੋ ਗਈ ਲੇਕਿਨ ਹੁਣ ਇਹ ਕਿ ਪਰਮਾਤਮਾ ਨੂੰ ਮਿਲਣ ਦਾ ਸਬਬ ਭੇਦ ਇਹ ਜ਼ਿਆਦਾ ਸਾਨੂੰ ਨਜ਼ਦੀਕ ਲੈ ਕੇ ਜਾਏਗਾ ਹੈ ਜਦੋਂ ਅਸੀਂ ਪੰਕਤੀਆਂ ਦੇ ਅਰਥ ਸਮਝਾਂਗੇ ਕਿ ਉਹਦੇ ਮਿਲਣ ਦਾ ਭੇਦ ਉਸ ਤੱਕ ਪਹੁੰਚਣ ਦੀ ਸਮਰੱਥਾ ਉਹ ਕਿਵੇਂ ਹਾਸਲ ਕਰਨੀ ਉਹ ਸਫ਼ਰ ਕਿਵੇਂ ਸ਼ੁਰੂ ਕਰ ਸੋ ਅੰਤ ਪਰਮਾਤਮਾ ਦੇ ਮਿਲਣ ਦੇ ਸਬਬ ਦੁਨੀਆਂ ਵਿੱਚ ਬਹੁਤ ਅਸੀਂ ਸਮਝਦੇ ਹਾਂ ਕਿ ਬਈ ਧਰਮ ਜਿਹਨਾਂ ਨੂੰ ਕਿਹਾ ਜਾਂਦਾ ਹੈ ਬਹੁਤ ਸਾਰੇ ਬਹੁਤ ਤਰ੍ਹਾਂ ਦੀਆਂ ਫਿਲਾਸਫੀਆਂ ਉਸ ਧਰਮਾਂ ਦੇ ਅੰਦਰ ਰਹੀਆਂ ਨੇ ਪ੍ਰਚਲਿਤ ਕੋਈ ਰੱਬ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਬਈ ਹਾਂ ਉਹਦੇ ਵਰਗਾ ਹੋਰ ਕੋਈ ਨਹੀਂ ਯੈਸ ਕੋਈ ਲੇਕਿਨ ਉਹਨੂੰ ਪੇਸ਼ ਕਰਨ ਲੱਗਿਆ ਉਹਦੀ ਕੋਈ ਪਿਕਚਰ ਕੋਈ ਮੂਰਤੀ ਕੋਈ ਕਿਸੇ ਪਹਾੜ ਨਾਲ ਜਾਂ ਕਿਸੇ ਉਹਦੇ ਨਾਲ ਉਹਦਾ ਸੰਬੰਧ ਦਿਖਾਤਾ ਜਾਂਦਾ ਕਿ ਉਹ ਸ਼ਾਇਦ ਉਂਗਲੀ 'ਤੇ ਪਹਾੜ ਚੁੱਕ ਲੈਂਦਾ ਇਸ ਕਰਕੇ ਰੱਬ ਹੈ ਉਹ ਸ਼ਾਇਦ ਕਿਸੇ ਪੰਛੀ ਦੇ ਉੱਪਰ ਗਰੁੜ ਦੇ ਉੱਪਰ ਸਵਾਰੀ ਕਰ ਲੈਂਦਾ ਇਸ ਕਰਕੇ ਉਹ ਰੱਬ ਹੈ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੀ ਕਥਾਵਾਂ ਫਿਰ ਉਹ ਇੱਕ ਪਲਕ ਚੱਪਕੇ ਅਤੇ ਪਰਲੇ ਲਿਆ ਦਿੰਦਾ ਤਬਾਹੀ ਮਚਾ ਦਿੰਦਾ ਹੈ ਨਾ ਪਰਮਾਤਮਾ ਦੇ ਨਾਲ ਤਬਾਹੀ ਲਫ਼ਜ਼ ਪਰਲੇ ਲਫ਼ਜ਼ ਇਹ ਅਚਨਚੇਤ ਅਸੀਂ ਉਹਨੂੰ ਵੱਡਾ ਦਿਖਾਉਣ ਦੇ ਕਹੀਏ ਕਿ ਵੀ ਕਾਰਨ ਅਸੀਂ ਕੁਝ ਐਸੇ ਨਾਮ ਦੇ ਨਾਲ ਜੋੜ ਦਿੱਤੇ ਨੇ ਜਿਹੜੇ ਥੋੜ੍ਹੇ ਪਿਆਵਾ ਹੈਗੇ ਨੇ ਤਰਾਵਣੇ ਬਣ ਗਏ
ਪਾਤਸ਼ਾਹ ਜਦੋਂ ਕਹਿੰਦੇ ਨੇ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਹਾਂ। ਹੁਣ ਦੇਖੋ ਬਿਆਨ ਕਰਨ ਦਾ ਤਰੀਕਾ ਸਿਰਫ ਹੈਗਾ ਜੇ ਦੁਨੀਆਂ ਨੇ ਪਰਮਾਤਮਾ ਨੂੰ ਵੱਡਾ ਕਹਿਣਾ ਸ਼ੁਰੂ ਕੀਤਾ ਤੇ ਉਹਨੂੰ ਡਰਾਵਣਾ ਬਣਾ ਕੇ ਪੇਸ਼ ਕਰ ਦਿੱਤਾ। ਹੋਰ ਬੜੇ ਸਾਰੇ ਐਗਜ਼ਾਮਪਲਸ ਨੇ ਜਿੱਥੋਂ ਆਪ ਜੀ ਸਮਝ ਸਕਦੇ ਹੋ ਕਿਉਂਕਿ ਸਭ ਬਚਪਨ ਤੋਂ ਅਸੀਂ ਸੁਣਦੇ ਆ ਰਹੇ ਚੀਜ਼ਾਂ ਇਹ। ਲੇਕਿਨ ਉਹਨੂੰ ਹੁਣ ਪੇਸ਼ ਕਰਨ ਦਾ ਨਜ਼ਰੀਆ ਵੇ ਗੁਰਬਾਣੀ ਚੋਂ ਗੁਰੂ ਨਾਨਕ ਸਾਹਿਬ ਦਾ ਤੂੰ ਦਰਿਆ ਉਹ ਵੀ ਅਥਾਹ ਹੈ, ਬਹੁਤ ਵਿਸ਼ਾਲ ਹੈ, ਵਿਸ਼ਾਲਤਾ ਦਾ ਪ੍ਰਤੀਕ ਹੈ। ਮੈਂ ਮਛਲੀ ਹੈ ਨਾ, ਦਾਨਾ ਬੀਨਾ ਮਤਲਬ ਬਜ਼ੁਰਗੀ, ਬਹੁਤ ਦਿਆਨਤਦਾਰ, ਤੇਰੇ ਕੋਲੋਂ ਮੇਰਾ ਸਭ ਕੁਛ ਚੱਲਦਾ ਹੈ। ਕਿਉਂ? ਕਿਉਂਕਿ ਮੈਂ ਮਛਲੀ ਹਾਂ, ਮੈਂ ਤੇਰੇ ਵਿੱਚ ਮੇਰਾ ਨਿਵਾਸ ਹੈ। ਜੈ ਜੈ ਦੇਖਾਂ ਤੈ ਤੈ ਤੂੰ ਹੈ, ਮੇਰਾ ਜਿੱਥੇ ਤੱਕ ਪਹੁੰਚੇ ਮੇਰੇ, ਚਾਹੇ ਹੈ ਇੰਦਰੀਆਂ ਨਾਲ ਜਾਂ ਗਿਆਨ ਇੰਦਰੀਆਂ ਨਾਲ, ਜਿੱਥੇ ਤੱਕ ਮੇਰੀ ਪਹੁੰਚ ਹੈ ਤੂੰ ਹੈ। ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੂੰ ਇਸ ਤੇ ਨਿਕਸੀ ਫੂਟ ਮਾਰਾ। ਹੁਣ ਜੇ ਮੈਂ ਆਪਣੀ ਅਲੱਗ ਆਈਡੈਂਟੀ ਬਣਾਵਾਂਗੇ ਕਿ ਮੈਂ ਵੀ ਕੁਛ ਹਾਂ ਤੇ ਇਹ ਤੇਰੇ ਤੋਂ ਮੇਰੀ ਨਿਕਾਸੀ ਹੋ ਗਈ, ਬਹਿਸ਼ਕਾਰ ਕਰ ਲਿਆ ਮੈਂ, ਖੁਦ ਹੀ ਆਪਣੇ ਪੈਰਾਂ ਤੇ ਕੁਲਾੜੀ ਮਾਰਦੀ, ਐਨ ਸਮਝ ਲਈ ਮੁਹਾਵਰੇ ਹੋ ਜਾਏ ਕਿ ਤੂੰ ਤੇ ਨਿਕਸੀ ਫੂਟ ਮਰਾ, ਮੇਰਾ ਉਸ ਤੋਂ ਇਲਾਵਾ ਕੋਈ ਹੋਰ ਤਰੀਕਾ ਨਹੀਂ। ਹੁਣ ਦਰਿਆਓ ਉਹਦੇ ਵਿੱਚ ਹੀ ਮਛਲੀ ਦਾ ਵਾਸਾ ਹੈ, ਉਹਦੇ ਵਿੱਚ ਹੀ ਉਹਦਾ ਜੀਵਨ ਹੈ, ਉਹਦੇ ਵਿੱਚ ਹੀ ਉਹਦਾ ਮਰਨ ਹੈ, ਸਾਰਾ ਉਹਦਾ ਜੋ ਜੀਵਨ ਚਰਿਆ ਵੇ ਉਹਦੇ ਵਿੱਚ ਹੈ। ਮਤਲਬ ਉਹ ਕਹਿ ਰਿਹਾ ਚਾਰੋਂ ਪਾਸੇ ਵੀ ਤੂੰ, ਮੇਰੇ ਅੰਦਰ ਵੀ ਤੂੰ, ਮੇਰੀ ਜੀਵਨ ਦਾ ਆਧਾਰ ਵੀ ਤੂੰ, ਅਤੇ ਮੈਂ ਤੇਰੇ ਤੋਂ ਬਗੈਰ ਕੁਛ ਸੋਚਾਂ ਇਹ ਮੇਰੇ ਵਾਸਤੇ ਕੋਈ ਫਾਇਦੇਮੰਦ ਗੱਲ ਨਹੀਂ ਹੈ। ਹੁਣ ਇਹ ਸਮਝਾਉਣ ਦਾ ਤਰੀਕਾ, ਇਹ ਧਰਮ ਨੂੰ ਵਿਖਿਆਨ ਕਰਨ ਦਾ ਤਰੀਕਾ। ਹੋਰ ਬੜੇ ਚੀਜ਼ਾਂ ਨੇ ਜਿਹੜੀਆਂ ਸਾਨੂੰ ਭੁਲਾਵੇ ਵਿੱਚ ਲੈ ਜਾਂਦੀਆਂ ਨੇ, ਜਿਹਨਾਂ ਨੂੰ ਅਸੀਂ ਕਰਮ ਕਾਂਡ ਕਹਿੰਦੇ ਹਾਂ, ਹੈ ਨਾ। ਧਰਮ ਦੇ ਨਾਮ 'ਤੇ ਬਹੁਤ ਸਾਰੀ ਚੀਜ਼ਾਂ ਐਸੀਆਂ ਇਜਾਦ ਕੀਤੀਆਂ ਗਈਆਂ ਕਿ ਵੀ ਇਸ ਤਰ੍ਹਾਂ ਦੀ ਇਹ ਚੀਜ਼ ਧਾਰਨ ਕਰ ਲਓ, ਕੋਈ ਧਾਗਾ ਧਾਰਨ ਕਰ ਲਓ, ਕਿਸੇ ਵਿਧੀ ਨਾਲ ਧਾਰਨ ਕਰ ਲਓ, ਕੋਈ ਇੱਕ ਸਪੈਸ਼ਲ ਬੰਦਾ ਆਏਗਾ ਜਿਹਨੂੰ ਇਹ ਅਥਾਰਟੀ ਰੱਬੋਂ ਮਿਲੀ ਹੋਈ ਹੈ, ਪਰਮਾਤਮਾ ਨੇ ਦਿੱਤੀ ਹੈ ਕਿ ਉਹ ਇਹ ਤੁਹਾਨੂੰ ਧਾਗਾ ਇਸ ਵਿਧੀ ਨਾਲ ਪਵਾਏਗਾ ਅਤੇ ਤੁਸੀਂ ਰੱਬ ਦੇ ਖਾਸ ਬੰਦੇ ਬਣ ਜਾਓਗੇ, ਹੈ ਨਾ। ਹੁਣ ਦੇਖੋ ਪਾਤਸ਼ਾਹ ਕਿਸੇ ਨੂੰ ਕੱਟਦੇ ਨਹੀਂ ਨੇ, ਕਿਸੇ ਦੀ ਨਖੇਦੀ ਨਹੀਂ ਕਰਦੇ ਨੇ, ਕਿਸੇ ਨੂੰ ਤਾਨਾ ਨਹੀਂ ਮਾਰਦੇ ਨੇ, ਕਿਸੇ ਨੂੰ ਤਿਚਕਰ ਨਹੀਂ ਕਰਦੇ ਨੇ। ਸਿੰਪਲੀ ਰੋਜ਼ ਅਸੀਂ ਪੜ੍ਹਦੇ ਹਾਂ ਕੀ ਕਹਿੰਦੇ ਨੇ, ਦਇਆ ਕਪਾ ਸੰਤੋਖ ਸੂਤ ਜਦ ਗੰਢੀ ਸਤ ਵੱਟ, ਇਹ ਜਨੇਊ ਜੀ ਕਪ ਹੈ ਤਾਂ ਪਾਂਡੇ ਤੱਤ। ਦੇਖੋ ਕਿਵੇਂ ਪਿਆਰ ਨਾਲ, ਸਤਿਕਾਰ ਨਾਲ, ਸੋਹਣੀ ਮਿਠਾਸ ਨਾਲ ਗੱਲ ਪੇਸ਼ ਕਰ ਰਹੇ ਨੇ ਕਿ ਠੀਕ ਹੈ ਤੂੰ ਧਾਰਨ ਕਰਨ ਵਾਸਤੇ ਕਹਿ ਰਿਹਾ ਨਾ, ਅਤੇ ਇਹ ਧਾਰਨ ਕਰਵਾ ਦਿੰਦੇ ਹਾਂ। ਹੁਣ ਇਹਦੇ ਵਿੱਚ ਕਿਸੇ ਨੂੰ ਦਿੱਕਤ ਨਹੀਂ ਹੈ, ਭਾਵੇਂ ਸਾਹਮਣੇ ਵਾਲਾ ਕੋਈ ਵੀ ਕਿਸੇ ਵੀ ਸੋਚ ਤੋਂ ਆ ਰਿਹਾ, ਕਿਸੇ ਵੀ ਫਿਰਕੇ ਨਾਲ ਉਹਦਾ ਸੰਬੰਧ ਹੈ, ਕਿਸੇ ਵੀ ਗਰੁੱਪ ਨਾਲ ਉਹਦਾ ਸੰਬੰਧ ਹੈ, ਉਹ ਟੁੱਟੇਗਾ ਨਹੀਂ।
ਕਿਉਂਕਿ ਪਾਤਸ਼ਾਹ ਬਾਣੀ ਵਿੱਚ ਜੋੜਨ ਨਾਲ ਕਿਹਦੀ ਇੰਨਾ ਕੋਸ਼ਿਸ਼ ਕਰ ਰਹੇ ਨੇ ਯੂਨੀਵਰਸਲ ਟਰੁੱਥ ਨਾਲ ਜਿਹਨੂੰ ਹੇਠ ਨਹੀਂ ਦਿਖਾਈ ਜਾ ਸਕਦੀ, ਜਿਹਨੂੰ ਲੈਣ ਵਿੱਚ ਸਭ ਦਾ ਭਲਾ ਹੀ ਭਲਾ, ਜਿਹਨੂੰ ਲੈਣ ਵਿੱਚ ਸਭ ਦੇ ਚਿਹਰਿਆਂ 'ਤੇ ਮਨ ਤਨ ਵਿੱਚ ਰੌਣਕ ਆ ਜਾਂਦੀ, ਉਸ ਪੱਖੋਂ ਪਾਤਸ਼ਾਹ ਬਾਣੀ ਵਿੱਚ ਧਰਮ ਦੀ ਡੈਫੀਨੇਸ਼ਨ ਦਿੰਦੇ ਨੇ। ਸੋ ਇਹ ਸਾਰੇ ਕੀ ਨੇ, ਜਦੋਂ ਅਸੀਂ ਪੜ੍ਹ ਰਹੇ ਹਾਂ ਸਰਬ ਧਰਮ ਨੇ ਸ੍ਰੇਸ਼ਟ ਧਰਮ ਆਪੋ ਨਾਮ ਜਪ ਨਿਰਮਲ ਧਰਮ, ਇਹ ਜਦੋਂ ਦਇਆ ਸੰਤੋਖ ਸਹਿਜ ਮਿਲਵਰਤਨ ਇਹਦੀ ਗੱਲ ਪਾਤਸ਼ਾਹ ਕਰਦੇ ਨੇ ਜਦੋਂ, ਤੇ ਕੀ ਹੈ, ਇਹ ਮੇਰੇ ਮਨ ਦੇ ਪਰਥਾਏ ਧਰਮ ਦੀ ਐਸੀ ਪਛਾਣ ਹੈਗੀ ਹੈ ਜਿਹਨੂੰ ਕੋਈ ਨਕਾਰ ਨਹੀਂ ਸਕਦਾ, ਉਹ ਜਿਹਨੂੰ ਹਰ ਕੋਈ ਅਪਣਾਉਣ ਵਿੱਚ ਖੁਸ਼ ਹੋਏਗਾ। ਸੋ ਇਸ ਕਰਕੇ ਜਦੋਂ ਇਹ ਕਿਹਾ ਜਾਂਦਾ ਹੈ ਅੰਤ ਨਾ ਸਿਫਤੀ, ਜੇ ਉਹਦੀ ਸਿਫਤ ਸਲਾਹ ਵਿੱਚ ਉਹਦੀ ਖੂਬੀਆਂ ਵਿੱਚ ਮੇਰਾ ਮਨ ਖੁੱਭ ਜਾਏ, ਉਹਨੂੰ ਢੂੰਡਣ ਵਾਸਤੇ ਹਮੇਸ਼ਾ ਤਤਪਰ ਰਹੇ। ਸੋ ਇਹ ਹੈਗਾ ਅੰਤ ਨਾ ਸਿਫਤੀ, ਮੈਨੂੰ ਉਹਦੀ ਸਿਫਤਾਂ ਦੀ ਹਮੇਸ਼ਾ ਭਾਲ ਰਹੇ, ਮੈਂ ਉਹਦੇ ਨਾਲ ਜੁੜਨ ਵਾਸਤੇ ਨਿਰੰਤਰ ਉਹਦੇ ਗੁਣਾਂ ਨੂੰ ਪਾਲਾਂ, ਹੈ ਨਾ। ਜਿਵੇਂ ਇੱਕ ਜਗ੍ਹਾ ਪਾਤਸ਼ਾਹ ਫਰਮਾਨ ਕਰਦੇ ਨੇ ਨਾਨਕ ਆਖੇ ਇਹੋ ਵਿਚਾਰ, ਸਿਫਤੀ ਕੰਢ ਪਵੈ ਦਰਬਾਰ, ਅੰਦਰ ਰਾਜਾ ਤਖ਼ਤ, ਇੱਥੇ ਦਰਬਾਰ ਵਿੱਚ ਮੇਰੀ ਕੰਢ, ਮੇਰੀ ਸਾਂਝ, ਮੇਰੀ ਪਹੁੰਚ ਰਾਜ ਦਰਬਾਰ ਤੱਕ ਬਣ ਸਕਦੀ ਹੈ। ਸੋ ਇਹ ਅਪੋਰਚੁਨਿਟੀ ਹਰੇਕ ਵਾਸਤੇ ਹੈ, ਇਹ ਇੰਝ ਨਹੀਂ ਕਿ ਕਿਸੇ ਸਪੈਸ਼ਲ ਬੰਦੇ ਕੋਈ ਦੁਨੀਆਂ ਵਿੱਚ ਬਣਾਏ ਗਏ ਨੇ ਜਿਹੜੇ ਸਿਰਫ ਕੋਈ ਹਾਸਲ ਕਰਨ, ਹਰ ਕੋਈ, ਕਿਉਂਕਿ ਅਵਲ ਅਗਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਅਸੀਂ ਸਾਰੇ ਐਲੀਜੀਬਲ ਹਾਂ ਉਹਦੇ ਵਾਸਤੇ, ਅੰਸ਼ ਵੀ ਹਾਂ ਅਸੀਂ, ਕਹੋ ਕਬੀਰ ਹੋਰ ਕੀ ਅੰਸ਼। ਸੋ ਇਹ ਸਾਰਿਆਂ ਵਾਸਤੇ ਇਹ ਵਾਲਾ ਜੋ ਸੁਨਹਿਰਾ ਮੌਕਾ ਆਵੇ ਮੌਜੂਦ ਹੈ। ਸੋ ਅੰਤ ਨਾ ਸਿਫਤੀ, ਕਹਿਣ ਨਾ ਅੰਤ, ਕਹਿਣ ਦਾ ਮਤਲਬ ਹੈ ਕਿ ਅਸੀਂ ਜਦੋਂ ਆਪਣੇ ਇੱਕ ਚੀਜ਼ ਮਨ 'ਚ ਵਿਚਾਰ ਕੋਈ ਧਾਰਨ ਕਰ ਲਿਆ ਤਾਂ ਫਿਰ ਉਹਨੂੰ ਕਹਿਣ ਵਾਲੀ ਅਵਸਥਾ ਮੇਰੇ ਬੋਲਾਂ ਵਿੱਚ ਆ ਗਈ, ਮੇਰੇ ਵਿਚਾਰਾਂ ਤੋਂ ਨਿਕਲ ਕੇ ਮੇਰੇ ਵਰਤੋਂ ਵਤੀਰੇ ਵਿੱਚ ਆ ਗਈ। ਸੋ ਜਦੋਂ ਅੰਤ ਨਾ ਗੱਲ ਹੋ ਰਹੀ ਹੈ ਇਹਦਾ ਮਤਲਬ ਇਹ ਕੰਟੀਨਿਊਸ ਪ੍ਰੋਸੈਸ ਹੈ, ਇਹ ਇੱਕ ਜਰਨੀ ਹੈ, ਸਫ਼ਰ ਹੈ, ਜਿੱਥੇ ਹਮੇਸ਼ਾ ਅਗਰਸਰ ਰਹਿਣਾ ਹੈ। ਸੋ ਇਹ ਅੰਤ ਨਾ ਦਾ ਮਤਲਬ ਹੈ ਕਿ ਅਸੀਂ ਇਸ ਸਿਫਤਾਂ ਨੂੰ ਸਮਝ ਕੇ ਹਾਸਲ ਕਰਕੇ ਉਹਨਾਂ ਦੀ ਕਹਿਣ ਵਿੱਚ ਆਪਣੀ ਵਰਤੋਂ ਵਧੀਆ ਵਿੱਚ ਨੂੰ ਲੈ ਕੇ ਆਉਣਾ, ਇਸ ਵਾਸਤੇ ਇਹ ਪਹਿਲੀ ਪੰਕਤੀ ਜਿਹੜੀ ਸਾਨੂੰ ਸਿਖਲਾਈ ਦਿੰਦੀ ਹੈ। ਫਿਰ ਪਾਤਸ਼ਾਹ ਅੱਗੇ ਕਹਿੰਦੇ ਨੇ ਅੰਤ ਨਾ ਕਰਨਾ ਦੇਣ ਨਾ ਅੰਤ, ਕਰਨਾ ਕਰਨਾ ਹੈਗਾ ਮੈਂ ਆਪਣੀ ਇਹਨਾਂ ਇੰਦਰੀਆਂ ਨਾਲ ਕੀ ਕਰਾਂ, ਇੱਕ ਤੇ ਇੱਕ ਪਰਮਾਤਮਾ ਦੀ ਕਰਨੀ ਜੋ ਉਹਦੀ ਕੁਦਰਤ ਚਾਰੇ ਪਾਸੇ ਜੋ ਮੇਰੇ ਹੈ, ਉਹਦਾ ਵਿਸਤਾਰ ਜੋ ਚਾਰੇ ਪਾਸੇ ਮੇਰੇ ਹੈ, ਉਹਦੇ ਵਿੱਚੋਂ ਉਹਦੀ ਕਰਨੀ ਦਾ ਵੀ ਅੰਤ ਨਹੀਂ ਹੈ, ਮਤਲਬ ਉਹਦੀ ਜਿੰਨੀ ਕਿਰਤ ਹੋ ਰਹੀ ਹੈ, ਜਿੰਨਾ ਇਹ ਉਹਦਾ ਸਾਰਾ ਕੁਦਰਤ ਵਿੱਚ ਪਸਾਰਾ ਹੈਗਾ ਵੇ, ਉਹਦੇ ਵਿੱਚੋਂ ਵੀ ਮੈਨੂੰ ਸਿੱਖਣਾ, ਉਹਦੇ ਵਿੱਚੋਂ ਹੀ ਸਿੱਖਣਾ, ਮੈਨੂੰ ਸਿੱਖਣ ਵਾਸਤੇ ਸਮਝਣ ਵਾਸਤੇ ਕਿਸੇ ਖਾਸ ਜਗ੍ਹਾ 'ਤੇ ਜਾ ਕੇ ਉਹਨੂੰ ਸਮਝਣ ਦੀ ਲੋੜ ਨਹੀਂ। ਜਿੱਥੇ ਮੈਂ ਖੜਾ ਵਾਂ, ਜਿੱਥੇ ਮੈਂ ਬੈਠਾ ਵਾਂ, ਜਿੱਥੇ ਮੈਂ ਵਿਚਰਦਾ ਵਾਂ,
ਹਰ ਜਗ੍ਹਾ ਤੋਂ ਮੈਨੂੰ ਸਿੱਖਣ ਮਿਲਿਆ, ਚਾਹੇ ਮੈਂ ਕਿਸੇ ਨਾਲ ਵਰਤ ਰਿਹਾ, ਚਾਹੇ ਮੈਂ ਕੋਈ ਨਜ਼ਾਰਾ ਦੇਖ ਰਿਹਾ, ਕੁਛ ਵੀ ਉਹਦੀ ਕਰਨੀ ਵਿੱਚੋਂ ਮੈਨੂੰ ਜ਼ਰੀਆ ਢੂੰਡਣਾ, ਤਰੀਕਾ ਦੇਖਣਾ ਕਿ ਇਹ ਸੰਬੰਧ ਬਣਾਉਣ ਦਾ, ਇਹ ਨੇੜੇ ਜਾਣ ਦਾ ਸਬਬ ਬਣ ਸਕਦਾ। ਦੇਣ ਨਾ ਅੰਤ, ਹੁਣ ਉਹਦੀ ਕਰਨੀ ਔਰ ਉਹਦੀ ਦਾਤ, ਉਹਦਾ ਦੇਣਾ, ਤੇਰਾ ਦਿੱਤਾ ਥਾਉਣਾ। ਸੋ ਇਹ ਉਹਦੀ ਦਾਤ ਕੀ ਹੈ? ਗੁਣਾਂ ਦਾ ਹੋਵੇ ਵਾਸਲਾ, ਕੱਢ ਵਾਸ ਲਈ। ਜੇ ਉਹਦੀ ਦਾਤ ਹੈਗੀ ਹੈ ਉਹਦੇ ਗੁਣ, ਰੱਬੀ ਗੁਣ, ਜਿਹਨੂੰ ਅਸੀਂ ਬਹੁਤ ਵਾਰੀ ਸਮਝ ਆਏ ਹਾਂ ਕਿ ਵੀ ਹਾਂ, ਜੇ ਇਮਾਨਦਾਰੀ, ਜੇ ਵਫਾਦਾਰੀ, ਜੇ ਮਿਲਵਰਤਨ, ਜੇ ਪਿਆਰ, ਜੇ ਸਹਿਜ, ਜੇ ਸੰਤੋਖ, ਇਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਔਖਾ ਤੋਂ ਔਖਾ ਸਮਾਂ ਜਿਹੜਾ ਵੇ ਉਹ ਬੜੇ ਸੌਖੇ ਢੰਗ ਨਾਲ ਨਿਬੜ ਜਾਂਦਾ। ਵਰਨਾ ਜੇ ਛੋਟੀ ਜਿਹੀ ਗੱਲ ਮੈਨੂੰ ਪਸੰਦ ਨਹੀਂ ਉਹ ਕਿਸੇ ਦੇ ਮੂੰਹੋਂ ਨਿਕਲ ਗਈ ਤਾਂ ਆਮ ਤੌਰ 'ਤੇ ਸਾਡਾ ਰਵੱਈਆ ਕਿਵੇਂ ਹੁੰਦਾ? ਸੋ ਇਹ ਵਾਚਣਾ, ਇਹ ਦੇਣਾ ਆਪਣੀ ਇੰਦਰੀਆਂ ਨੂੰ, ਪਰਮਾਤਮਾ ਦੀ ਜਾਚ ਜਿਹੜੀ ਹੈ ਇਹ ਦੇਣੀ ਹੈ, ਮੈਨੂੰ ਸਿੱਖਣ ਨੂੰ ਆ ਜਾਵੇ। ਇਹ ਨਹੀਂ ਹੋਏਗਾ ਕਿ ਅਸੀਂ ਹੁਣੇ ਹੀ ਸਾਰੇ ਆਪਣੇ ਇਕਦਮ 100% ਹੋ ਜਾਵਾਂਗੇ ਕਿ ਵੀ ਅਸੀਂ, ਲੇਕਿਨ ਸ਼ੁਰੂਆਤ ਕੀਤੀ ਜਾਵੇ, ਕੁਛ ਮਿਹਨਤ ਕੀਤੀ ਜਾਵੇ ਤਾਂ ਸਫ਼ਰ ਜਾਰੀ ਰਹੇ। ਉਹਦੇ ਵਾਸਤੇ ਹਮੇਸ਼ਾ ਯਤਨਸ਼ੀਲ, ਉਦਮਸ਼ੀਲ ਰਹਿਣਾ, ਉਦਮੀ ਰਹਿਣਾ ਹੀ। ਸੋ ਅੰਤ ਨਾ ਕਰਨਾ, ਦੇਣ ਨਾ ਅੰਤ। ਫਿਰ ਹੈ ਅਗਲੀ ਪੰਕਤੀ, ਅੰਤ ਨਾ ਵੇਖਣ, ਸੁਣਨ ਨਾ ਅੰਤ। ਹੁਣ ਇਹ ਵੇਖਣਾ ਔਰ ਸੁਣਨਾ ਕੀ ਹੈ? ਵੇਖਣਾ ਇੱਕ ਤਾਂ ਨੱਖਾਂ ਨਾਲ ਵੇਖਣਾ ਹੈ। ਇੱਕ ਪਾਤਸ਼ਾਹ ਫਰਮਾਨ ਕਰਦੇ ਨੇ, ਇਹ ਮਨ ਮਾਇਆ ਮੋਹਿਆ, ਵੇਖਣ ਸੁਣਨ ਨਾ ਹੋ। ਸੋ ਇਹ ਮਨ ਦੀ ਗੱਲ ਹੈ ਨਾ ਪਾਤਸ਼ਾਹ। ਦੇਖੋ ਮਤਲਬ ਸਾਨੂੰ ਬਾਣੀ ਚੋਂ ਬਹੁਤ ਜਗ੍ਹਾ ਐਸੇ ਹਵਾਲੇ ਦੇਣਗੇ ਜਿਹਦੇ ਚੋਂ ਲਗਾਤਾਰ ਮੇਰੇ ਅੰਤਕਰਨ ਨਾਲ, ਮੇਰੀ ਸੋਚ ਨਾਲ ਮੇਰਾ ਸੰਬੰਧ ਬਣਨਾ ਸ਼ੁਰੂ ਹੋ ਜਾਏ। ਇੱਕ ਤਾਂ ਹੈਗਾ ਕਿ ਵੀ ਅਸੀਂ ਅਚਨਚੇਤ ਜੋ ਆਪਣੀ ਸੋਚ ਬਣਾਈ ਹੈ ਨਾ। ਸੋ ਪਾਤਸ਼ਾਹ ਕੀ ਕਰਦੇ ਨੇ, ਜਿਹੜੀ ਸੋਚ ਬਣੀ ਹੋਈ ਹੈ ਉਹਨੂੰ ਕਿਵੇਂ ਮੈਨੂਵਰ ਕਰਨਾ, ਉਹਨੂੰ ਕਿਵੇਂ ਸਹੀ ਰਾਹ 'ਤੇ ਪਾਉਣਾ। ਸੋ ਜਦੋਂ ਫਰਮਾਨ ਕਰਦੇ ਨੇ ਇਹ ਮਨ ਮਾਇਆ ਹੋ ਗਿਆ, ਇਹ ਸ਼ਾਇਦ ਕਿਸੇ ਚਮਕ ਧਮਕ ਨਾਲ ਜੁੜ ਗਿਆ। ਮਾਇਆ ਕੀ ਹੈ? ਜਿਸ ਕੰਮ ਨੂੰ ਮੈਂ ਸਮਝਾਂ ਕਿ ਬਈ ਮੈਂ ਹੀ ਇਹਨੂੰ ਸਿਰੇ ਚਾੜਿਆ, ਜਿਸ ਕੰਮ ਨੂੰ ਮੈਂ ਇਹ ਸਮਝਾਂ ਕਿ ਜੇ ਮੈਂ ਨਾ ਹੋਵਾਂਗਾ ਤਾਂ ਕਿਸੇ ਦੇ ਵੱਸ ਦਾ ਨਹੀਂ। ਦੇਖੋ ਇਹ ਇਸ ਹੱਦ ਤੱਕ ਬੰਦੇ ਨੂੰ ਪਤਾ ਹੈਗਾ ਕਿ ਜੇ ਮੈਂ ਨਾ ਕਰਾਂ ਤਾਂ ਧਰਮ ਖਤਰੇ 'ਚ। ਸੋਚੋ ਹੁਣ ਜੋ ਗੁਰੂ ਨਾਨਕ ਸਾਹਿਬ ਨੇ ਡੈਫੀਨੇਸ਼ਨ ਧਰਮ ਦੀ ਦਿੱਤੀ ਹੈ, ਉਹਨੂੰ ਕੋਈ ਖਤਰੇ 'ਚ ਪਾ ਸਕਦਾ? ਹਰ ਕੋ ਨਾਮ ਜਪ ਨਿਰਮਲ ਕਰਮ, ਕੋਈ ਖਤਰੇ 'ਚ ਉਹਨੂੰ ਪਾਉਣ ਦੀ ਕਿਸੇ ਦੀ ਔਕਾਤ ਹੈਗੀ ਦੁਨੀਆ 'ਚ? ਨਹੀਂ। ਸਾਫ਼ ਜਵਾਬ ਆ ਜਾਏਗਾ ਅੰਦਰੋਂ, ਲੇਕਿਨ ਇਹ ਸਾਰੀ ਚੀਜ਼ ਅੰਦਰ ਸਮਝਣ ਵਾਲੀ ਹੈ। ਸੋ ਇਹ ਜਦ ਤੱਕ ਮਾਇਆ ਮੋਹਿਆ ਗਿਆ, ਇਹ ਸਮਝ ਰਿਹਾ ਕਿ ਵੀ ਸ਼ਾਇਦ ਮੇਰੇ ਕਰਕੇ ਕੁਛ ਹੋ ਰਿਹਾ, ਜੇ ਮੈਂ ਨਾ ਹੋਵਾਂ ਤਾਂ ਡੁੱਬ ਗਿਆ ਕੰਮ। ਇਸ ਤੋਂ ਜਦ ਤੱਕ ਛੁਟਕਾਰਾ ਨਹੀਂ ਹੋਏਗਾ ਤਦ ਤੱਕ ਇਹ ਮਨ ਵੇਖਣ ਔਰ ਸੁਣਨ ਦੀ ਤਾਕਤ ਜਿਹੜੀ ਹੈ ਉਹ ਗਵਾ ਦੇ, ਗਵਾਹੀ ਰੱਖੇ।
ਸੋ ਇਹਦਾ ਮਤਲਬ ਕੀ ਹੈ ਕਿ ਸਾਨੂੰ ਨਿਮਰਤਾ ਵਿੱਚ ਪਰਮਾਤਮਾ ਦੀ ਜੋ ਕਿਰਤ ਹੈ ਕੇਵਲ ਉਹਦੇ ਨਾਲ ਆਪਣਾ ਸੰਬੰਧਣਾ, ਇਸ ਤੋਂ ਇਲਾਵਾ ਨੇ ਪ੍ਰੋਸੈਸ ਹੈ, ਕੰਟੀਨਿਊਸ ਪ੍ਰੋਸੈਸ ਹੈ ਕਿ ਅੰਤ ਨਾ ਹਰ ਵਾਰੀ ਲਿਖਿਆ ਆ ਰਿਹਾ ਕਿ ਮੈਨੂੰ ਇਹ ਲਗਾਤਾਰ ਇਹਦੇ 'ਤੇ ਯਤਨਸ਼ੀਲ ਰਹਿਣਾ। ਇਸ ਤਰ੍ਹਾਂ ਅੰਤ ਨਾ ਜਾਤੈ ਕਿਆ ਮਨ ਮੰਤ, ਮੰਤ ਕਹਿੰਦੇ ਨੇ ਮੰਤਰ ਨੂੰ, ਮੰਤਰ ਹੁੰਦਾ ਕੋਈ ਗੁੱਜਾ ਪੀਏ ਬਹੁਤ ਕੀਮਤੀ ਕੋਈ ਨੁਕਤਾ, ਕਹਿੰਦਾ ਵੀ ਇਹ ਗੁਰਮੰਤਰ ਲੈਂਦਾ ਉਹਨੂੰ ਅਸੀਂ ਬਹੁਤ ਅਹਿਮੀਅਤ ਦੇ ਦਿੰਦੇ। ਸੋ ਮੰਤਰ ਦਾ ਭਾਵ ਹੈ ਕੋਈ ਕੀਮਤੀ ਨੁਸਖਾ, ਕੀਮਤੀ ਗੱਲ, ਕੋਈ ਕੀਮਤੀ ਸਲਾਹ ਹੋਵੇ। ਅੰਤ ਨਾ ਜਾਪੈ ਕਿਆ ਮਨ ਮੰਤ, ਮਨ ਦੇ ਨੰਨੇ ਨੂੰ ਸਿਹਾਰੀ ਹੈ, ਮਨ ਵਿੱਚ ਕੀ ਮੰਤਵ, ਕੀ ਤੂੰ ਖਿਆਲ, ਕੀ ਸਲਾਹ ਬਣਾਈ ਹੈ ਪਰਮਾਤਮਾ ਦੀ, ਵਿਰਾਜਮਾਨ ਕੀਤਾ ਕਿ ਨਹੀਂ ਕੀਤਾ, ਉਸ ਪੱਖੋਂ ਆਪਣੀ ਜੋ ਮਨ ਦੀ ਅੱਖਾਂ ਨੇ ਉਹ ਖੋਲਣੀਆਂ ਕਿ ਮੈਂ ਸਿੱਖ ਕਿੱਥੋਂ ਰਿਹਾ, ਮੈਨੂੰ ਸਿਖਾਉਣ ਵਾਲਾ ਕੌਣ ਹੈ। ਅਸੀਂ ਸਕੂਲ ਕਾਲਜ ਜਾਂਦੇ ਹਾਂ, ਪੜ੍ਹਦੇ ਹਾਂ, ਬਹੁਤ ਟੀਚਰਾਂ ਕੋਲੋਂ ਪੜ੍ਹਦੇ ਹਾਂ, ਲੇਕਿਨ ਚੰਦ ਟੀਚਰ ਸਾਨੂੰ ਭੁੱਲਦੇ ਹੀ ਨਹੀਂ, ਕਿਉਂਕਿ ਉਹਨਾਂ ਦਾ ਪੜ੍ਹਾਉਣ ਦਾ ਢੰਗ ਬੜਾ ਨਿਰਾਲਾ ਹੁੰਦਾ ਹੈ, ਗਿਆਨ ਦੇਣ ਦਾ ਸਾਡੇ ਜ਼ਿਹਨ ਵਿੱਚ ਉਤਾਰ ਦੇਣ ਦਾ ਢੰਗ ਬਹੁਤ ਨਿਰਾਲਾ ਹੁੰਦਾ ਜਿਹੜਾ ਅਸੀਂ ਭੁੱਲਦੇ ਨਹੀਂ। ਸੋ ਇਹ ਗੱਲ ਇੱਥੇ ਵੀ ਹਾਈਲਾਈਟ ਹੁੰਦੀ ਹੈ ਕਿ ਅੰਤ ਨਾ ਜਾਪੈ ਕਿਆ ਮਨ ਮੰਤ, ਮੇਰੇ ਮਨ ਵਿੱਚ ਜੇਕਰ ਉਹ ਬੈਠਾ ਹੈ ਤੇ ਕਿਹੜਾ ਮੇਰਾ ਕੀਮਤੀ ਸਲਾਹ ਉਹਦੇ ਕੋਲੋਂ ਮੈਂ ਲੈਣੀ ਹਾਸਲ ਕਰਨੀ ਹੈ ਨਾ। ਗੁਰਪੂਰਾ ਪਾਇਆ ਮਨ ਭਾਗੀ, ਹਰ ਮੰਤ ਦੀਆ ਮਨ ਠਾਂਡੇ, ਐਸੀ ਨੇਕ ਸਲਾਹ ਦਿੱਤੀ ਕਿ ਮੇਰਾ ਇਹ ਸੜਦਾ ਬਲਦਾ ਜਿਹੜਾ ਹਿਰਦਾ ਵੇ ਇਹ ਕਈ ਤਰ੍ਹਾਂ ਨਾਲ ਕਈ ਕਾਰਨਾਂ ਕਰਕੇ ਚੱਲਦਾ ਬਲਦਾ ਵੇ, ਭਾਵੇਂ ਕਿਸੇ ਨਾਲ ਈਰਖਾ ਕਰ ਰਿਹਾ ਹੈ, ਭਾਵੇਂ ਕਿਸੇ ਨਾਲ ਨਫ਼ਰਤ ਕਰ ਰਿਹਾ, ਭਾਵੇਂ ਕਿਸੇ ਨਾਲ ਊਚ ਨੀਚ ਕਰ ਰਿਹਾ, ਭਾਵੇਂ ਕੋਈ ਵਿਤਕਰਾ ਕਰ ਰਿਹਾ, ਬਹੁਤ ਸਾਰੇ ਰੀਜ਼ਨ ਕਿਸੇ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ। ਸੋ ਅੰਦਰ ਜਲਨ ਲੱਗੀ ਹੋਈ, ਅੱਗ ਲੱਗੀ ਹੋਈ, ਹਮੇਸ਼ਾ ਤਰੱਕੀ ਵਿੱਚ, ਔਖੇਪਨ ਵਿੱਚ ਹੈ, ਕਦੀ ਵੀ ਸ਼ਾਂਤ ਚਿੱਤ ਹੋ ਕੇ ਆਰਾਮ ਨਾਲ ਚੈਨ ਨਾਲ ਬਹਿਣ ਦਾ ਮੌਕਾ ਹੀ ਨਹੀਂ ਮਿਲਦਾ। ਸੋ ਹਰ ਮੰਤਰ ਮੈਨੂੰ ਪਰਮਾਤਮਾ ਦਾ ਉਹ ਮੰਤਰ ਜਿਹੜਾ ਵੇ ਅੰਦਰ ਪ੍ਰਗਟ ਹੁੰਦਾ ਨਜ਼ਰ ਆਵੇ, ਉਹ ਨੇਕ ਸਲਾਹ ਜੋ ਕੁਦਰਤ ਚੋਂ ਸਿੱਖਦੇ ਹਾਂ। ਵਾਰ ਵਾਰ ਅਸੀਂ ਇਸ ਗੱਲ ਨੂੰ ਪਾਤਸ਼ਾਹ ਦੇ ਥਰੂ ਅਸੀਂ ਰਿਪੀਟ ਕਰ ਰਹੇ ਹਾਂ ਕਿ ਮੈਨੂੰ ਉਹ ਰੱਬੀ ਗੁਣ ਜਿਹੜੇ ਨੇ ਅੰਦਰੋਂ ਸਿੱਖਣੇ ਨੇ, ਅੰਦਰੋਂ ਉਹਨਾਂ ਨਾਲ ਅਟੈਚਮੈਂਟ ਬਣਾਉਣੀ ਹੈ, ਇਹਨੂੰ ਜੀਵਨ ਦਾ ਮੰਤਰ ਬਣਾਉਣਾ ਹੈ, ਇਹਨੂੰ ਸਭ ਤੋਂ ਆਪਣੀ ਅਹਿਮੀਅਤ ਵਾਲਾ ਮੁੱਦਾ ਬਣਾਉਣਾ, ਇਹ ਜੀਵਨ ਜਾਚ। ਬਾਕੀ ਜਿਹੜੀ ਕਿਰਿਆਵਾਂ ਨੇ ਉਹ ਸਾਰੀਆਂ ਕੌਮਨ ਨੇ, ਅਸੀਂ ਕਰਦੇ ਪਏ ਆਪਣੀ ਜੀਵਨ ਚਰਿਆ ਚਲਾਉਣ ਵਾਸਤੇ, ਆਪਣੇ ਕਾਰ ਵਿਹਾਰ ਚਲਾਉਣ ਵਾਸਤੇ, ਆਪਣਾ ਵੱਡੇ ਛੋਟੇ ਦਾ ਆਦਰ ਸਤਿਕਾਰ ਕਰਨ ਲੱਗੇ, ਇਹ ਸਭ ਚੀਜ਼ਾਂ, ਲੇਕਿਨ ਉਹਦੇ ਵਿੱਚ ਮੈਨੂੰ ਇਹ ਕੀਮਤੀ ਨੁਕਤਾ ਜਿਹੜਾ ਕਿ ਮੇਰੀ ਸਾਂਝ ਹਰ ਮੰਤਰ ਨਾਲ ਪਰਮਾਤਮਾ ਦੇ ਇਸ ਵਿਸਤਾਰ ਨਾਲ ਬਣੀ ਰਹੇ ਕਿਸੇ ਵੀ ਜੀਵਨ ਦੇ ਪੜਾਅ ਵਿੱਚ। ਸੋ ਇਹਦੇ ਵਾਸਤੇ ਜਿਹੜਾ ਵੇ ਇਹਦਾ ਵੀ ਕੋਈ ਹੱਦ ਬੰਨਾ ਨਹੀਂ ਹੈ, ਬਹੁਤ ਅਪੋਰਚੁਨਿਟੀਜ਼, ਬਹੁਤ ਮੌਕੇ।
ਅੰਤ ਨਾ ਚਾਕਰ ਕੀਤਾ ਆਕਾਰ। ਆਕਾਰ ਅਸੀਂ ਸਭ ਸਮਝਦੇ ਹਾਂ ਸ਼ੇਪ, ਕੋਈ ਪ੍ਰਗਟ ਰੂਪ ਵਿੱਚ ਚੀਜ਼ ਜੋ ਨਜ਼ਰ ਆਉਂਦੀ ਹੈ, ਪ੍ਰਤੱਖ ਰੂਪ ਵਿੱਚ ਕੋਈ ਚੀਜ਼ ਨਜ਼ਰ ਆਉਂਦੀ ਹੈ। ਸੋ ਅੰਤ ਨਾ ਜਾਪੈ ਕੀਤਾ ਕੀਤਾ ਬਣਾਇਆ ਆਕਾਰ। ਹੁਣ ਇਹ ਜਿੰਨੇ ਉੱਪਰ ਗੁਣ ਸਿੱਖਣ ਦੀ ਆਦਤਾਂ ਪਾਈਆਂ ਜਾ ਰਹੀਆਂ ਨੇ, ਉਹਦੇ ਨਾਲ ਹੋਏਗਾ ਕੀ? ਮੇਰਾ ਇੱਕ ਸੁਭਾਅ ਬਣੇਗਾ, ਮੇਰੀ ਇੱਕ ਬਿਰਤੀ ਬਣੇਗੀ, ਉਹ ਮੈਨੂੰ ਆਕਾਰ ਬਣਦਾ ਹੋਇਆ ਨਜ਼ਰ ਆਏ। ਅਤੇ ਜੋ ਹੀ ਮੇਰੇ ਸੁਭਾਅ ਵਿੱਚ ਇਹ ਹਰ ਮੰਤਰ ਦਾ ਆਕਾਰ ਬਣਦਾ ਨਜ਼ਰ ਆਏਗਾ, ਅਤੇ ਮੈਨੂੰ ਉਹ ਨਿੱਘ, ਉਹ ਨੇੜਤਾ, ਉਹ ਠਹਿਰਾਵ, ਠਰੰਮਾ ਮਹਿਸੂਸ ਹੋਏਗਾ ਕਿ ਮੈਂ ਪਰਮਾਤਮਾ ਦੇ ਹਜ਼ੂਰੀ ਵਿੱਚ, ਮੇਰੇ 'ਤੇ ਪਰਮਾਤਮਾ ਵਰਤ ਰਿਹਾ। ਸੋ ਇਹ ਆਕਾਰ ਮੇਰੇ ਗੁਣਾਂ ਦਾ ਜੋ ਹੀ ਅੰਦਰ ਨਿਰਮਿਤ ਹੋਏਗਾ, ਮੈਨੂੰ ਉਹਦਾ ਅਹਿਸਾਸ ਵੀ ਹੋਏਗਾ। ਕਿਉਂਕਿ ਅੰਦਰੋਂ ਜਦੋਂ ਜਿਹੜੀ ਸਾਡੀ ਸੋਚ ਬਣਦੀ ਹੈ ਉਹ ਸਾਡੇ ਸੁਭਾਅ ਵਿੱਚ, ਸਾਡੇ ਵਰਤੋਂ ਵਿੱਚ ਸਾਹਮਣੇ ਆ ਜਾਂਦੀ। ਅੰਤ ਨਾ ਜਾਪੈ ਪਾਰਾਵਾਰ। ਪਾਰਾਵਾਰ ਅਗੇਨ ਹੈ ਕਿ ਵੀ ਪਰਲਾ ਬੰਦਾ, ਵੀ ਮੰਨ ਲਓ ਨਦੀ ਦੇ ਇੱਕ ਕਿਨਾਰੇ 'ਤੇ ਖੜ੍ਹੇ ਹਾਂ ਅਤੇ ਦੂਜੇ ਪਾਸੇ ਦੂਜਾ ਕਿਨਾਰਾ ਪਾਰ ਕਰਕੇ। ਅੰਤ ਨਾ ਜਾਪੈ ਪਾਰਾਵਾਰ। ਹੁਣ ਕਹਿੰਦੇ ਨੇ ਇੱਦਾਂ ਕੋਈ ਹੱਦ ਬੰਨਾ, ਇੱਦਾਂ ਕੋਈ ਕਿਨਾਰਾ ਨਹੀਂ ਹੈ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਕਿ ਮੇਰੇ ਕੋਲ ਬਹੁਤ ਜ਼ਿਆਦਾ ਮੌਕਾ ਹੈ ਇਸ ਜੀਵਨ ਵਿੱਚ, ਮੈਨੂੰ ਉਹਨੂੰ ਸਿਰਫ ਲੈਣ ਦੀ ਜਾਂਚ ਸਿੱਖਣੀ। ਉੱਤੇ ਹੀ ਸ਼ੁਰੂ ਕੀਤਾ ਸੀ ਨਾ ਜਦੋਂ ਕਿ ਤੂੰ ਦਰਿਆਓ ਦਾਣਾ ਪੀਂਦਾ। ਸੋ ਮੈਨੂੰ ਉਹਦੀ ਇਸ ਦਿਆਨਤਦਾਰੀ ਦਾ, ਇਸ ਵਿਸ਼ਾਲਤਾ ਦਾ ਫਾਇਦਾ ਉਠਾਉਣਾ ਆਉਣਾ ਚਾਹੀਦਾ, ਕਿਉਂਕਿ ਮੈਂ ਮਛਲੀ ਉਦਾਂ ਹੀ ਉਹਦੇ ਵਿੱਚ ਰਹਿਣ ਵਾਲੀ ਹਾਂ। ਮੇਰੀ ਜੋ ਜਿੱਦਾਂ ਮੇਰਾ ਹੋਂਦ ਹੈ ਮੇਰੀ, ਉਹ ਉਹਦੇ ਵਿੱਚ ਹੀ ਹੈ। ਸੋ ਮੈਨੂੰ ਉਹਦੇ ਵਿੱਚੋਂ ਇਹ ਲੈਣ ਦੀ ਜਾਂਚ, ਕੋਈ ਇਹ ਪਾਰਾਵਾਰ ਇਹਦੀ ਹੱਦ ਨਹੀਂ ਹੈ ਕਿ ਹੁਣ ਇਹ ਕਰ ਲਿਆ ਅਤੇ ਹੁਣ ਬੈਠ ਕੇ ਜੀ ਆਰਾਮ ਨਾਲ ਇੱਕ ਉਹਨੇ 'ਤੇ ਇਹ ਹੋ ਗਿਆ, ਮੇਰਾ ਮਿਲ ਗਿਆ। ਇਹ ਲਗਾਤਾਰ ਇੱਕ ਚੱਲਦਾ ਰਹੇ। ਅੰਤ ਕਾਰਨ ਕਿਤੇ ਬਿਲ ਆਏ। ਵਿਲਾਮ ਦਾ ਮਤਲਬ ਹੁੰਦਾ ਕੁਰਲਾਣਾ, ਕਿਸੇ ਚੀਜ਼ ਵਾਸਤੇ ਤਰਲੇ ਕਰਨੇ। ਅੰਤ ਕਾਰਨ ਮਤਲਬ ਉਹਦੇ ਮਿਲਣ ਦੇ ਸਬੱਬ ਵਾਸਤੇ ਕੋਈ ਬਿਲਾਣ ਦੀ ਲੋੜ ਨਹੀਂ ਹੈ। ਬਿਲਾਣ ਹੁੰਦਾ ਕਿ ਵੀ ਔਖੇ ਹੋ ਕੇ ਕਿਸੇ ਚੀਜ਼ ਨੂੰ, ਜਦੋਂ ਕਲੇਸ਼ ਬੰਦੇ ਦਾ ਮਨ ਹੁੰਦਾ ਨਾ ਤਾਂ ਉਸ ਟਾਈਮ ਬਿਲਾਣਾ ਹੁੰਦਾ। ਪਾਤਸ਼ਾਹ ਫਰਮਾਨ ਇੱਕ ਜਗ੍ਹਾ ਕਰਦੇ ਨੇ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਆਏ। ਹੁਣ ਪੱਕਾ ਰੋਗੀ ਹੁੰਦਾ ਜਿਹੜਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ, ਉਹਨੂੰ ਆਪਣੇ ਵਾਸਤੇ ਕਈ ਵਾਰੀ ਨਜ਼ਰ ਕੁਛ ਨਹੀਂ ਆਉਂਦਾ ਕਿ ਮੇਰਾ ਹੁਣ ਕੀ ਬਣੇਗਾ। ਡਾਕਟਰ ਨੇ ਵੀ ਕਿਹਾ, ਘਰ ਵਾਲਿਆਂ ਨੇ ਵੀ ਇੰਝ ਸਮੇਂ ਕਿਹਾ ਕਿ ਵੀ ਇਹਦਾ ਕੋਈ ਇਲਾਜ ਨਹੀਂ, ਇਹ ਲੰਬੀ ਹੁਣ ਚੱਲੇਗੀ। ਅਤੇ ਉਹ ਵਾਲੀ ਅਵਸਥਾ ਜਿਹੜੀ ਬਰਦਾਸ਼ਤ ਕਰਨੀ ਅੰਦਰੋਂ ਬੜੀ ਔਖੀ ਹੁੰਦੀ। ਅਸੀਂ ਆਪਣੇ ਘਰਾਂ 'ਚ ਬੜੀ ਜਗ੍ਹਾ 'ਤੇ ਦੇਖਦੇ ਹਾਂ ਇਹ ਸੀਨ ਜਿਹੜਾ, ਅਤੇ ਕਈ ਵਾਰੀ ਤਾਂ ਬੰਦਾ ਅਲਟੀਮੇਟਲੀ ਡਿਪਰੈਸ਼ਨ 'ਚ ਜਾਂ ਉਹਦੀ ਅਚਾਨਚਕ ਮੌਤ, ਕਿਉਂਕਿ ਅੰਦਰ ਬਰਦਾਸ਼ਤ ਨਹੀਂ ਹੁੰਦਾ।
ਸੋ ਕਹਿੰਦੇ ਨੇ ਜਿਹ ਤਨ ਬਾਣੀ ਵਿਸਰ ਜਾਏ। ਹੁਣ ਜੇਕਰ ਦੇਖੋ ਸਿਮਿਲਰ ਹੈਗੇ ਆਪਣਾ ਮੀਨਿੰਗ ਉਹਦੇ ਵੀ ਬਾਬਤ ਕਿ ਜੇਕਰ ਮੇਰੇ ਤਨ ਚੋਂ ਮਤਲਬ ਮੇਰੇ ਅੰਤਰਕਰਨ ਚੋਂ ਔਰ ਮੇਰੇ ਸੁਭਾਅ ਚੋਂ ਬਾਣੀ ਪਰਮਾਤਮਾ ਦੀ ਜੋ ਇਹ ਬੋਲੀ ਹੈ ਉਹਨੂੰ ਮੈਂ ਵਿਸਾਰ ਲਵਾਂ, ਜੈਸੇ ਕਿ ਨਾ ਉਹ ਨਿਕਸੀ ਫੂਟ ਮਾਰਾਂ, ਜੇਕਰ ਮੈਂ ਉਸ ਜਲ ਚੋਂ ਨਿਕਲ ਜਾਵਾਂ ਤਾਂ ਮੇਰਾ ਜੀਵਨ ਦੀ ਹੋਂਦ ਖਤਮ ਹੈ। ਸੋ ਇਸੀ ਤਰੀਕੇ ਨਾਲ ਜੇਕਰ ਮੇਰੇ ਇਸ ਤਨ ਔਰ ਮਨ ਚੋਂ ਨਿਕਲ ਜਾਏ ਇਹ ਬਾਣੀ, ਇਹਦੀ ਵਰਤੋਂ, ਇਹਦੀ ਸਮਝ, ਮੈਂ ਇਹਦੇ ਪ੍ਰਤੀ ਜਾਗਰੂਕ ਨਾ ਹੋਵਾਂ ਜੇਕਰ, ਅਤੇ ਜੋ ਪੱਕਾ ਰੋਗੀ ਵਿਹਲਾ ਹੈ, ਅਵਸਥਾ ਪਿੰਡ ਲਾਉਣ ਵਾਲੀ ਬਣ ਜਾਂਦੀ, ਕੁਰਲਾਉਣ ਵਾਲੀ ਬਣ ਜਾਂਦੀ, ਹਮੇਸ਼ਾ ਮਨ ਵਿੱਚ ਤੁਹਾਡੇ ਕਲੇਸ਼ ਹੀ ਬਣਿਆ ਰਹੇ, ਕਦੀ ਚੈਨ ਨਹੀਂ ਮਿਲ ਰਹੀ, ਜ਼ਿੰਦਾ ਦਿਲੀ ਹਾਸਲ ਨਹੀਂ ਹੋ ਪਾਏ। ਜਿਹਨੂੰ ਕਹਿੰਦੇ ਨਾ ਅਸੀਂ ਕਿ ਹਮੇਸ਼ਾ ਪ੍ਰਫੁੱਲਿਤ ਅਵਸਥਾ, ਉਹ ਨਹੀਂ ਬਣ ਪਾਏ, ਕਿਉਂਕਿ ਮੈਂ ਜੀਵਨ ਜਾਂਚ ਕੁਦਰਤ ਤੋਂ ਨਹੀਂ ਸਿੱਖ ਰਿਹਾ, ਆਪਣੇ ਜਾਂ ਤਾਂ ਕੋਈ ਮਿੱਥੇ ਹੋਏ ਅਸੂਲ ਬਣਾ ਲਏ ਜਾਂ ਕਿਸੇ ਦੇ ਸੁਣੇ ਸੁਣਾਏ ਕਿ ਵੀ ਕਿਸੇ ਨੇ ਇੰਝ ਕਿਹਾ ਹੋਇਆ, ਜਾਂ ਬਹੁਤ ਸਾਰੀ ਪੁਰਾਤਨ ਕੋਈ ਸਾਡੇ ਕੋਲ ਗੱਲਾਂ ਨੇ ਜਿਹੜੀਆਂ ਜਿਹੜੇ ਸਾਡੇ ਜ਼ਿਹਨ ਵਿੱਚ ਵਸੀਆਂ ਹੋਈਆਂ, ਅਸੀਂ ਉਸ ਤੋਂ ਛੁੱਟ ਨਹੀਂ ਪਾਉਂਦੇ ਹਾਂ। ਸਿਖਾਉਣ ਲੱਗੇ ਅਸੀਂ ਦੁਨੀਆ ਨੂੰ ਸਿਖਾ ਰਹੇ ਹੁੰਦੇ ਹਾਂ ਕਿ ਬਈ ਇੰਝ ਨਹੀਂ ਹੋਣਾ ਚਾਹੀਦਾ ਅਤੇ ਉਂਝ ਨਹੀਂ ਹੋਣਾ ਚਾਹੀਦਾ, ਲੇਕਿਨ ਵਰਤਣ ਲੱਗਿਆ ਸਾਨੂੰ ਡਰ ਲੱਗਦਾ। ਤੁਸੀਂ ਇਹ ਸੋਚ ਕੇ ਵੇਖੋ ਕਿ ਜਿਸ ਟਾਈਮ ਸਤੀ ਪ੍ਰਥਾ, ਪਤਾ ਨਹੀਂ ਅੱਜ ਵੀ ਰਾਜਸਥਾਨ ਦੇ ਕਹਿੰਦੇ ਕੁਛ ਇਲਾਕਿਆਂ 'ਚ ਹਾਲੇ ਵੀ ਪ੍ਰਚਲਿਤ ਹੈ, ਲੇਕਿਨ ਜਦੋਂ ਇਹ ਕੀਤੀ ਜਾਂਦੀ ਸੀ ਖੁੱਲ੍ਹੇਆਮ ਸਮਾਜ ਵਿੱਚ ਧਰਮ ਦੇ ਨਾਮ 'ਤੇ, ਅਤੇ ਕਿਸੇ ਮਾਈਕ ਇਲਾਜ ਹਿੰਮਤ ਨਹੀਂ ਸੀ ਕਿ ਉਹਨੂੰ ਉਂਗਲ ਕਰ ਸਕੇ, ਉਹਦੇ ਬਾਅਦ ਕਿਵੇਂ ਤੁਸੀਂ ਇਹ ਧਰਮ ਦੇ ਕਾਰਜ ਵਿੱਚ ਵਿਘਨ ਪਾ ਰਹੇ ਹੈ ਨਾ। ਲੇਕਿਨ ਸਮਾਜ ਦਾ ਅੱਧਾ ਹਿੱਸਾ, ਇਨਸਾਨੀਅਤ ਦਾ ਅੱਧਾ ਹਿੱਸਾ ਕਿੰਨੇ ਖੌਫ ਇਹ ਜਿੰਦਾ ਹੋਣਾ, ਇਹ ਸੋਚ ਕੇ ਵੇਖੋ। ਲੇਕਿਨ ਫਿਰ ਕਿਸੇ ਨੇ ਹਿੰਮਤ ਕੀਤੀ ਨਾ, ਕਿਸੇ ਨੇ ਗੱਲ ਚੁੱਕੀ ਨਾ, ਭਾਵੇਂ ਉਹਦਾ ਨਾਂ ਹਿਸਟਰੀ ਵਿੱਚ ਕਿਸੇ ਨੂੰ ਪਤਾ ਹੈ ਜਾਂ ਨਹੀਂ ਪਤਾ, ਲੇਕਿਨ ਅੱਜ ਕਿੰਨੇ ਅਸੀਂ ਧੰਨਵਾਦੀ ਹੋਈਏ ਕਿ ਉਹਨਾਂ ਨੇ ਧਰਮ ਦੀ ਇੰਨੀ ਵੱਡੀ ਕੁਰੀਤੀ ਨੂੰ, ਧਰਮ ਦੇ ਨਾਂ 'ਤੇ ਕੀਤੀ ਜਾਏ, ਧਰਮ 'ਤੇ ਨਹੀਂ ਉਹ, ਲੇਕਿਨ ਉਹਦੇ ਨਾਂ 'ਤੇ ਕੀਤੀ ਜਾਏ ਕੁਰੀਤੀ ਨੂੰ ਜਿਹੜਾ ਇਹ ਬਚਾ ਲਿਆ ਇਨਸਾਨੀਅਤ। ਸੋ ਇਹ ਕੰਮ ਹੈਗੇ ਦੁਨੀਆਂ 'ਚ ਕਰਨ ਵਾਲੇ, ਅਸੀਂ ਤਾਂ ਸੋਚ ਰਹੇ ਹਾਂ ਕਿ ਵੀ ਇਹ ਚਾਰ ਅੱਖਰ ਇੱਥੇ ਖੜ੍ਹੇ ਹੋ ਕੇ ਬੋਲ ਰਹੇ ਨੇ ਜਾਂ ਸੁਣਨ ਵਾਲਿਆਂ ਨੇ ਸੁਣ ਲੈਂਦੇ, ਪ੍ਰਚਾਰ ਹੋ ਗਿਆ ਲੋਕ, ਇਹ ਪ੍ਰਚਾਰ ਨਹੀਂ ਹੈ ਫੋਰ ਯੋਰ ਟਾਈਮ ਇਨਫੋਰਮੇਸ਼ਨ, ਪ੍ਰਚਾਰ ਉਸ ਦਿਨ ਹੋਏਗਾ ਜਦੋਂ ਮੈਂ ਇੱਥੇ ਬਾਹਰ ਕਿੱਥੇ ਕਿਸੇ ਨਾਲ ਵਿਚਰ ਰਿਹਾ ਹਾਂ, ਮੈਂ ਬਾਹਰ ਕਿਸੇ ਨਾਲ ਗੱਲਬਾਤ ਕਰ ਰਿਹਾ ਹਾਂ, ਮੈਂ ਆਪਣੇ ਪਰਿਵਾਰ ਵਿੱਚ ਕਿਸੇ ਨਾਲ ਬੈਠਾ ਹੋਇਆ, ਅਤੇ ਮੇਰੀ ਬਾਡੀ ਲੈਂਗੁਏਜ ਜਿਹੜੀ ਉਹ ਕਿਹੋ ਜਿਹੀ, ਮੇਰੇ ਸਾਹਮਣੇ ਕੋਈ ਗਰੀਬ ਅਮੀਰ ਆ ਜਾਂਦਾ ਤਾਂ ਮੇਰੀ ਬਾਡੀ ਲੈਂਗੁਏਜ ਕਿਹੋ ਜਿਹੀ, ਮੈਂ ਕਿਸੇ ਵੱਡੇ ਅਫਸਰ ਨੂੰ ਮਿਲਣ ਜਾਂਦਾ ਜਾਂ ਇੱਕ ਚਪੜਾਸੀ ਨਾਲ ਗੱਲਬਾਤ ਕਰਨਾ ਤਾਂ ਮੇਰਾ ਵਤੀਰਾ ਕਿਹੋ ਜਿਹਾ। ਇਹ ਪ੍ਰਚਾਰ ਕਰੇ, ਸ਼ਾਇਦ ਲਾਸਟ ਵੀਕ ਇੱਥੇ ਗੱਲ ਹੋ ਰਹੀ ਸੀ ਜਾਂ ਮੈਨੂੰ ਲੱਗਦਾ ਕਿੱਥੇ ਗੱਲ ਹੋ ਰਹੀ ਸੀ ਕਿ ਇੱਕ ਸਾਡੀ ਲੰਗਰ ਪ੍ਰਥਾ ਸਿਰਫ ਉਹਨੇ ਗੁਰਦੁਆਰਿਆਂ ਵਿੱਚ ਜਿਹੜਾ ਜੋੜਾ ਕਰ ਰਿਹਾ, ਇਹਨੂੰ ਦੇਖ ਕੇ ਹੀ ਲੋਕ ਇੰਨੇ ਇੰਪ੍ਰੈਸ ਹੁੰਦੇ ਨੇ
ਸਾਡੀ ਪ੍ਰੈਕਟੀਕਲ ਵਰਕਸ਼ਾਪ ਹੈ ਨਾ, ਸਿੱਖਿਆ ਕਿੱਥੋਂ ਅਸੀਂ? ਅਸੀਂ ਇਹ ਇਕਸਾਰਤਾ ਦਾ ਗੁਣ ਗੁਰਬਾਣੀ ਤੋਂ ਸਿੱਖਿਆ ਨਾ। ਹੁਣ ਉੱਥੇ ਕਿਸੇ ਦੇ ਜੋੜਿਆਂ ਨੂੰ ਕਦੀ ਇਹ ਨਹੀਂ ਕਿਹਾ ਜਾਂਦਾ ਕਿ ਵੀ ਇਹ ਅਮੀਰ ਦੇ ਜੋੜੇ ਤੇ ਇਸ ਵਾਲੇ ਖਾਨੇ 'ਚ ਰੱਖ ਦਿਉ, ਮਾੜੇ ਜਿਹੇ ਹੈਗੇ ਨੇ ਤੇ ਇਸ ਖਾਨੇ 'ਚ ਰੱਖ ਦਿਉ। ਜੇ ਮੈਂ ਕੱਪੜੇ ਕੋਈ ਸਿਲਕ ਦੇ ਪਾਏ ਹੋਏ ਨੇ ਤੇ ਮੈਂ ਗਰੀਬ ਦਾ ਜੋੜਾ ਨਹੀਂ ਲਾਂਗਾ ਜਾਂ ਲਾਂਗੀ, ਇਹ ਦੂਜਾ ਕੋਈ ਆ ਜਾਏ ਉਹ ਲੈ ਜਾਏ, ਇੰਝ ਨਹੀਂ ਹੁੰਦਾ ਨਾ। ਹਰ ਗੁਰਦੁਆਰੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਕੇ ਕਹਿੰਦੇ ਨੇ ਲਿਆਓ ਜੀ, ਆਪਣੇ ਹੱਥਾਂ 'ਚ ਰੱਖਦੇ ਨੇ ਔਰ ਸਤਿਕਾਰ ਨਾਲ ਉਹਨੂੰ ਜਗ੍ਹਾ 'ਤੇ ਰੱਖਦੇ ਨੇ, ਪੋਲਿਸ਼ ਕਰਕੇ ਦਿੰਦੇ ਨੇ, ਇਹ ਕੀ ਹੈ? ਲੇਕਿਨ ਮਾਫ਼ ਕਰਨਾ, ਜੇਕਰ ਇਹਨੂੰ ਵੀ ਸਿਰਫ ਅਸੀਂ ਰੀਤੀ ਰਿਵਾਜ਼ ਬਣਾ ਲਿਆ ਤੇ ਪ੍ਰਚਾਰ ਰੁਕ ਜਾਏਗਾ। ਜੇ ਮੈਂ ਉੱਥੋਂ ਨਿਕਲਦੇ ਹੀ ਮੇਰੇ ਅੰਦਰ ਉਹ ਹਲੀਮੀ ਔਰ ਨਮਰਤਾ ਦਾ ਵਤੀਰਾ ਨਜ਼ਰ ਨਹੀਂ ਆਇਆ ਉਸ ਜਗ੍ਹਾ ਤੋਂ ਨਿਕਲਣ ਤੋਂ ਬਾਅਦ, ਇਹਦਾ ਮਤਲਬ ਮੈਂ ਆਪਣੇ ਆਪ ਨੂੰ ਸੀਮਿਤ ਸੰਕੋਚਿਆ ਹੋਇਆ ਕਿ ਹਾਂ ਇਸ ਜਗ੍ਹਾ 'ਤੇ ਮੈਂ ਹਾਂ ਧਰਮੀ, ਲੇਕਿਨ ਇੱਥੋਂ ਬਾਹਰ ਨਿਕਲਦੇ ਹੀ ਮੈਂ। ਸੋ ਇਹ ਪ੍ਰਚਾਰ ਦਾ ਤਰੀਕਾ ਵੇ, ਜੇਕਰ ਮੈਂ ਸਭ ਜਗ੍ਹਾ ਜਿੱਥੇ ਵੀ ਮੌਜੂਦ ਹੋਵਾਂ ਉੱਥੋਂ ਇਹ ਗੁਰੂ ਨਾਨਕ ਦੀ ਸਿੱਖਿਆਵਾਂ ਦਾ ਮੇਰੇ ਅੰਦਰੋਂ ਖੁਸ਼ਬੂ ਆਉਂਦੀ ਹੋਵੇ, ਇਹ ਪ੍ਰਚਾਰ ਦਾ ਤਰੀਕਾ, ਤਾਂ ਕਿ ਅੰਤ ਨਾ ਪਾਇਆ ਜਾਵੇ। ਜੇ ਮੈਂ ਹੀਲਾ ਵਸੀਲਾ ਕੋਈ ਹੂੜ ਮੰਤ ਕੋਈ ਜ਼ਬਰਦਸਤੀ ਜ਼ੋਰ ਜ਼ਬਰਦਸਤੀ ਕਰਕੇ ਹਾਸਲ ਕਰਨ ਦੀ ਕੋਸ਼ਿਸ਼ ਕਰਾਂ ਤਾਂ ਕਿ ਅੰਤ ਨਾ ਪਾਏ ਜਾਵੇ, ਇਸ ਤਰ੍ਹਾਂ ਉਹਦੇ ਨਾਲ ਸੰਬੰਧ ਬਣਾਉਣ ਦਾ ਉਹਦੇ ਨਾਲ ਪਰਮਾਤਮਾ ਨਾਲ ਮਿਲਣ ਦਾ ਸਬਬ ਜਿਹੜਾ ਵੇ ਉਹ ਹਾਸਲ ਨਹੀਂ ਕੀਤਾ ਜਾ ਸਕਦਾ। ਹਉਮੈ ਹੰਕਾਰ ਦੇ ਵਿੱਚ ਆ ਕੇ ਕੋਈ ਜ਼ੋਰ ਜ਼ਬਰਦਸਤੀ ਦੀ ਜਿਹਨੂੰ ਹੱਠ ਜੋਗ ਕਹਿੰਦੇ ਹਾਂ, ਤਪ ਜਪ ਇਹੋ ਜਿਹੇ ਬਹੁਤ ਸਾਰੇ ਦੇਖੋ ਤਰੀਕੇ ਦੁਨੀਆਂ ਵਿੱਚ ਬਣੇ ਹੋਏ ਨੇ, ਅੱਜ ਵੀ ਇਸਤੇਮਾਲ ਹੁੰਦੇ ਨੇ ਔਰ ਉਹ ਢੇਰਾਂ ਚੱਲਦੇ ਨੇ, ਲੇਕਿਨ ਇਹ ਕੋਈ ਪਰਮਾਤਮਾ ਨਾਲ ਸਾਂਝ ਬਣਾਉਣ ਦਾ ਤਰੀਕਾ ਨਹੀਂ ਹੈ। ਦੇਖੋ ਇਹ ਮੈਸੇਜ ਹਰ ਵਰਗ ਵਾਸਤੇ ਹਰ ਸੋਚ ਵਾਸਤੇ ਕੋਮਨਲੀ ਗੁਰੂ ਸਾਹਿਬ ਪੇਸ਼ ਕਰਦੇ ਨੇ। ਮੈਨੂੰ ਲੱਗਦਾ ਕਈ ਵਾਰੀ ਕਿ ਵੀ ਅਸੀਂ ਕਿਹੜੇ ਹੱਠ ਜੋਗ ਕਰਦੇ ਹਾਂ, ਲੇਕਿਨ ਸਾਨੂੰ ਆਪਣੇ ਜੀਵਨ ਵਿੱਚ ਵਾਚਣ ਦੀ ਜੇ ਆਦਤ ਹੋਵੇ, ਇਹ ਖਾਲੀ ਉਹਨਾਂ ਵਾਸਤੇ ਤਾਂ ਨਹੀਂ, ਹੁਣ ਮੇਰੇ ਵਾਸਤੇ ਜੇ ਮੈਂ ਪੜ੍ਹ ਰਿਹਾ ਬਾਣੀ ਤਾਂ ਮੇਰੇ ਵਾਸਤੇ ਵੀ ਹੈ ਕਿ ਮੈਂ ਕਿਤੇ ਹੱਠ ਧਰਮੀ ਤਾਂ ਨਹੀਂ ਕਰਦਾ। ਜੋ ਕੱਲ੍ਹ ਤੱਕ ਮੇਰੀ ਨੌਲੇਜ ਸੀ, ਅੱਜ ਦੇਖੋ ਅਸੀਂ ਪੂਰੀ ਦੁਨੀਆ ਵਿੱਚ ਜੋ ਆਪਣੀ ਜ਼ਿੰਦਗੀ 'ਚ ਦੇਖੀਏ, ਜੋ ਮੈਂ ਅੱਜ ਤੋਂ 50-60 ਸਾਲ ਪਹਿਲੇ ਜੋ ਦੇਖਦਾ ਸਾ ਕੰਮ, ਅੱਜ ਕਿੰਨੀ ਜ਼ਿਆਦਾ ਤਰੱਕੀ ਹੋ ਗਈ ਉਸ। ਇੱਕ ਫੋਨ ਲੈਣ ਵਾਸਤੇ 10-10 ਸਾਲ ਇੰਤਜ਼ਾਰ ਕਰਨਾ ਪੈਂਦਾ ਸੀ, ਹੁਣ ਤੁਸੀਂ ਇੱਕ ਛੋੜ ਕੇ 10 ਫੋਨ ਰੱਖ ਲਓ ਔਰ ਪੂਰੀ ਦੁਨੀਆ ਨਾਲ ਕੋਂਟੈਕਟ ਤੁਹਾਡਾ ਹੈਗਾ ਹਮੇਸ਼ਾ। ਨਹੀਂ ਤਾਂ ਟਰੰਕ ਕਾਲ ਵੀ ਕਰਨੀ ਹੁੰਦੀ ਸੀ ਅਤੇ ਘੰਟਾ ਘੰਟਾ ਦੋ ਘੰਟਾ GPO 'ਤੇ ਜਾ ਕੇ ਵੇਟ ਕਰਨੀ ਪੈਂਦੀ ਸੀ। ਸੋ ਇਹ ਕਿੰਨਾ ਫਰਕ ਪੈ ਗਿਆ ਫਿਰ ਹਰ ਚੀਜ਼ ਦੇ ਬਾਰੇ 'ਚ, ਮੈਨੂੰ ਆਪਣੇ ਸਰੀਰ ਦੇ ਬਾਰੇ 'ਚ ਕਿੰਨੀ ਜਾਣਕਾਰੀ ਵੱਧ ਗਈ, ਮੈਨੂੰ ਇਸ ਕੁਦਰਤ ਦੇ ਵਿੱਚ ਜੋ ਤਾਰੇ ਨਕਸ਼ਤਰ ਔਰ ਜਿੰਨੇ ਬ੍ਰਹਿਮੰਡ ਬਣੇ ਹੋਏ ਨੇ ਕਿੰਨੀ ਜਾਣਕਾਰੀ ਹੋ ਗਈ। ਸੋ ਇਹ ਲਗਾਤਾਰ ਦਾ ਪ੍ਰੋਸੈਸ ਹੈ ਜਿਹੜਾ ਕਿ ਜਾਰੀ ਰਹਿਣਾ ਚਾਹੀਦਾ। ਜੇਕਰ ਅਸੀਂ ਉੱਥੇ ਹੀ ਰੁਕੇ ਰਹਿ ਗਏ, ਸ਼ਾਇਦ ਆਪ ਜੀ ਤੋਂ ਕਈਆਂ ਨੂੰ ਪਤਾ ਹੋਏਗਾ, ਚੇਚਕ ਇੱਕ ਬੜੀ ਭਿਆਨਕ ਬਿਮਾਰੀ ਸੀ ਜਿਹਦੇ ਨਾਲ ਇੱਕੋ ਵਾਰੀ ਪਿੰਡਾਂ ਦੇ ਪਿੰਡ ਸਾਫ਼ ਹੋ ਜਾਂਦੇ ਸੀ, ਉਹਦਾ ਇਲਾਜ ਮੇਰੇ ਖਿਆਲ ਕਈਆਂ ਨੂੰ ਪਤਾ ਹੋਣਾ, ਘਰਾਂ ਦੀ ਛੱਤਾਂ ਦੇ ਉੱਪਰ, ਕਿਉਂਕਿ ਕੱਚੇ ਘਰ ਹੁੰਦੇ ਸਨ ਉਸ ਟਾਈਮ, ਉਹਨਾਂ
ਠੀਕਰੀਆਂ ਜਿਹੜੀਆਂ ਮਿੱਟੀ ਦੀਆਂ ਛੋਟੀਆਂ ਛੋਟੀਆਂ ਹੁੰਦੀਆਂ ਸਨ ਉਹ ਉੱਤੇ ਲੈ ਕੇ ਵਜਾਉਂਦੇ ਸਨ, ਥੱਲੇ ਪੇਸ਼ੈਂਟ ਹੈ ਮੰਜੇ 'ਤੇ, ਉੱਪਰ ਉਹ ਠੀਕਰੀਆਂ ਵੱਜ ਰਹੀਆਂ। ਉਹ ਪੇਸ਼ੈਂਟ ਵਿਚਾਰਾ ਠੀਕ ਹੋਏ ਨਾ ਹੋਏ, ਠੀਕਰੀਆਂ ਦੇ ਸ਼ੋਰ ਸ਼ਰਾਬੇ ਨਾਲ ਉਹਦੇ ਅਲਖਤ ਨਾਲ ਹੀ ਉਹਦੀ ਵਿਚਾਰੇ ਦੀ ਮੌਤ ਹੋ ਜਾਂਦੀ ਸੀ। ਅਤੇ ਇਹ ਠੀਕਰੀਆਂ ਵਜਾਉਂਦੇ ਸਨ ਕਿ ਉਹ ਜਿਹੜੀ ਮਤਲਬ ਮਾਤਾ ਦੇ ਨਾਂ ਦਿੱਤਾ ਹੋਇਆ ਸੀ ਚੇਚਕ ਨੂੰ ਕਿ ਉਹ ਨਿਕਲ ਜਾਵੇ ਘਰੋਂ। ਇਸ ਤਰ੍ਹਾਂ ਦੀ ਸੋਚ ਬਣੀ ਹੋਈ। ਲੇਕਿਨ ਕੁਝ ਬੰਦਿਆਂ ਨੇ ਆਪਣੀ ਇਹ ਛੱਡੀ ਨਾ ਸੋਚ, ਔਰ ਉਹ ਦੂਜੇ ਪਾਸੇ ਤੁਰੇ ਅਤੇ ਉਹਨਾਂ ਨੇ ਵੈਕਸੀਨ ਢੂੰਡ ਲਈ ਉਹਦੀ। ਅੱਜ ਚੇਚਕ ਲੱਭਿਆ ਨਹੀਂ ਲੱਭਦੀ, ਵਰਨਾ ਜੇ ਉਂਝੇ ਹੀ ਚੱਲਦਾ ਰਹਿੰਦਾ ਕੰਮ ਤਾਂ ਅੱਜ ਵੀ ਅਸੀਂ ਇੰਝੇ ਸ਼ਿਕਾਰ ਬਣੇ ਰਹਿਣਾ ਸੀ। ਸੋ ਇਹ ਹੈਗਾ ਕਿ ਤਰੱਕੀ ਵਾਸਤੇ, ਆਪਣੀ ਉਥਾਨ ਵਾਸਤੇ, ਆਪਣੇ ਮਨ ਦੀ ਉਚਾਈ ਵਾਸਤੇ ਸਾਨੂੰ ਲਗਾਤਾਰ ਜਿਹੜਾ ਵੇ ਉਹ ਉਦਮੀ ਬਣੇ ਰਹਿਣਾ, ਰੁਕਣਾ ਨਹੀਂ, ਉਹਨੂੰ ਹੱਠ ਧਰਮੀ ਕਹਿੰਦੇ ਆ। ਸੋ ਇਹ ਅੰਤ ਨਾ ਜਾਣੇ, ਇਸ ਤਰੀਕੇ ਨਾਲ ਉਹਦੇ ਨਾਲ ਅਸੀਂ ਹੱਥ ਬੰਨਾ ਉਹਦਾ ਜਾਂ ਉਹਦੇ ਨਾਲ ਸੰਬੰਧ ਬਣਾਉਣ ਵਿੱਚ ਵੰਚਿਤ ਰਹਿ ਜਾਂਦੇ। ਬਹੁਤਾ ਕਹੀ ਹੈ ਬਹੁਤਾ ਹੋਏ, ਕਹਿਣਾ ਅਸੀਂ ਉੱਪਰ ਵੀ ਸਮਝ ਰਹੇ ਹਾਂ, ਕਹਿਣਾ ਹੈ ਕਿ ਵੀ ਜਿਹੜੀ ਚੀਜ਼ ਮੈਂ ਸਮਝ ਲਈਏ ਉਹਨੂੰ ਮੈਂ ਵਰਤਾਂ, ਮੇਰੇ ਵਰਤੋਂ ਵਿੱਚ ਆ ਜਾਵੇ ਉਹ ਕਹਿਣਾ ਹੈ। ਬਹੁਤਾ ਕਹੀਏ ਬਹੁਤਾ ਹੋਏ, ਜਿਉਂ ਜਿਉਂ ਮੈਂ ਉਹਨੂੰ ਵਰਤਦਾ ਹਾਂ ਤਿਉਂ ਤਿਉਂ ਮੈਨੂੰ ਹੋਰ ਖਜ਼ਾਨਾ ਮਿਲਦਾ ਹੋਵੇ। ਕਿਦਾਂ? ਉਸ ਹਰਮੰਦਰ ਦਾ, ਉਸ ਕੀਮਤੀ ਨੇਕ ਸਲਾਮਾਂ ਦਾ ਮੈਨੂੰ ਹੋਰ ਮਿਲਦਾ ਹੋਵੇ। ਮੈਨੂੰ ਆਪਣਾ ਟੱਕਾ ਖੋਲਣਾ, ਜਿਹੜਾ ਅੱਗੇ ਮੈਂ ਸਟੋਪਰ ਲਗਾਇਆ ਹੋਇਆ ਨਾ ਉਹਨੂੰ ਇੱਕ ਵਾਰੀ ਖੋਲਣਾ, ਫਿਰ ਦੇਖੋ ਫਲੋ ਹੈ ਨਾ, ਉਹਦੇ ਦਰਿਆ ਹੋਵੇ ਨਾ ਬੇਅੰਤ ਹੈ, ਫਿਰ ਦਰਿਆ ਉਹ ਦੇਖੋ ਗੁਣਾ ਲੱਗੇ। ਬਹੁਤਾ ਕਹੀ ਹੈ ਬਹੁਤਾ, ਵੱਡਾ ਸਾਹਿਬ ਪੂਜਾ ਥਾਂ ਥਾਂ ਕਿਹੜਾ ਹੈ? ਮੇਰਾ ਮਨ ਜਿਹਦੇ ਵਿੱਚ ਮੇਰੀ ਸੋਚ, ਮੇਰੀ ਸੋਚ ਬਣਦੀ, ਮੇਰਾ ਇਰਦਾ। ਇਹਦੇ ਪਥਾਏ ਇੱਕ ਗੱਲ ਆ ਰਹੀ ਹੈ ਕਿ ਵੱਡਾ ਸਾਹਿਬ, ਜਦੋਂ ਮੇਰਾ ਸਾਹਿਬ, ਸਾਹਿਬ ਦੇ ਬੱਬੇ ਨੂੰ ਔਂਕੜਾ ਇੱਕ ਵਚਨ, ਮਤਲਬ ਪਰਮਾਤਮਾ ਦੇ ਬਾਰੇ ਗੱਲ ਹੋ ਰਹੀ ਹੈ ਕਿ ਉਹਦੇ ਵਡੱਪਣ ਦਾ, ਵੱਡੇ ਮੇਰੇ ਸਾਹਿਬਾ ਕਹਿਰ ਗੰਭੀਰਾ ਗੁਣੀ ਗਰੀਰਾ, ਗੁਣਾਂ ਦਾ ਭਰਿਆ ਹੋਇਆ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ, ਤੇਰਾ ਆਰ ਪਾਰ ਕੋਈ ਵਿਖਿਆਨ ਨਹੀਂ ਕਰ ਸਕਦਾ। ਸੋ ਅਥਾ ਗੁਣਾਂ ਦਾ ਸਾਗਰ, ਉਹਦੇ ਵਿੱਚ ਮੈਂ ਹਾਂ। ਸੋ ਇਹਦਾ ਕੀ ਮਤਲਬ ਹੈ ਕਿ ਮੈਂ ਇੱਕ ਤਰ੍ਹਾਂ ਦਾ ਉਹਦਾ ਮਾਲਕ ਵੀ ਹਾਂ, ਕਿਉਂਕਿ ਉਹਦੀ ਯੂਸੇਜ ਮੇਰੇ ਵਾਸਤੇ ਖੁੱਲ੍ਹੀ ਹੈ, ਕੋਈ ਰੋਕ ਟੋਕ ਨਹੀਂ ਹੈ, ਕਿਉਂਕਿ ਮੈਂ ਖਜ਼ਾਨੇ ਵਿੱਚ ਹਾਂ, ਕੋਈ ਰੋਕ ਟੋਕ ਨਹੀਂ ਹੈ। ਸੋ ਮੈਂ ਮਾਲਕ ਹਾਂ, ਮੈਨੂੰ ਮਾਲਕ ਦਾ ਦਰਜਾ ਦੇ ਤੱਕ ਸਾਹਿਬ ਨੇ, ਵੱਡਾ ਸਾਹਿਬ ਊਚਾ ਥਾ, ਊਚੇ ਉੱਪਰ ਊਚਾ ਨਾ। ਜਿਉਂ ਜਿਉਂ ਇਹ ਉਚਾਈ ਹਾਸਲ ਕਰਾਂਗੇ ਕਿਹਦੀ? ਆਪਣੇ ਅੰਦਰ ਦੇ ਸੁਭਾਅ ਦੀ, ਆਪਣੇ ਅੰਦਰ ਦੀ ਬਿਰਤੀਆਂ ਨੇ। ਜਿਉਂ ਜਿਉਂ ਮੈਂ ਆਪਣਾ ਚਰਿੱਤਰ ਦਾ ਨਿਰਮਾਣ ਕਰ ਰਿਹਾ, ਕਰੈਕਟਰ ਬਿਲਡਿੰਗ ਕਰ ਰਿਹਾ ਜਿਉਂ ਜਿਉਂ, ਸੋ ਮੈਨੂੰ ਉਚਾਈ ਦਾ ਅਹਿਸਾਸ ਹੋਣਾ ਸ਼ੁਰੂ ਹੋਏਗਾ। ਹੁਣ ਇਹ ਉਚਾਈ ਦਾ ਅਹਿਸਾਸ ਕਿਸੇ ਘਮੰਡ ਵਾਸਤੇ ਨਹੀਂ ਹੈ, ਇਹ ਉਚਾਈ ਦਾ ਅਹਿਸਾਸ ਆਪਣੇ ਚ ਠੰਡ ਦਾ, ਜਿਹਨੂੰ ਵਜ਼ਨੀ ਕਹਿੰਦੇ ਆ ਉਹ ਬਹਿ ਜਾਂਦਾ ਨਾ, ਵਜ਼ਨਦਾਰ ਜਿਹੜਾ ਹੁੰਦਾ ਹੈ। ਅਕਸਰ ਅਸੀਂ ਸੁਣਦੇ ਹਾਂ ਵੀ ਪੇੜ ਦੇ ਫਲ ਜਦੋਂ ਤਰਬੂਜ ਲੱਗ ਜਾਂਦੇ ਤੇ ਚੁੱਕ ਜਾਂਦਾ, ਉਹ ਆਕੜ ਕੇ ਤਾਣ ਕੇ, ਮਤਲਬ ਇਹ ਮੁਹਾਵਰੇ ਸਮਝਣ ਵਾਸਤੇ ਨੇ ਸਿਰਫ ਆਪਣੀ
ਕਿ ਜਿਉਂ ਜਿਉਂ ਤੁਸੀਂ ਉਸ ਖਜ਼ਾਨੇ ਦੇ ਭਾਗੀਦਾਰ ਬਣਦੇ ਜਾਂਦੇ ਹੋ, ਉਹਨੂੰ ਯੂਜ਼ ਕਰਨਾ ਸਿੱਖਦੇ ਜਾਂਦੇ ਹੋ, ਤਿਉਂ ਤਿਉਂ ਤੁਹਾਡੇ ਅੰਦਰ ਠਹਿਰਾਵ ਆਉਂਦਾ। ਉੱਚੇ ਉੱਪਰ ਉੱਚਾ ਨਾਮ ਹੈ, ਉੱਚਾਈ ਦਾ ਅਹਿਸਾਸ ਹੋਣਾ ਸ਼ੁਰੂ ਹੁੰਦਾ। ਕਿਹਦੀ ਬਦੌਲਤ? ਉਸ ਨਾਮ ਦੀ ਬਦੌਲਤ, ਉਸ ਨਾਮ ਦੇ ਉਸ ਪਰਮਾਤਮਾ ਦੇ ਵਿਧਾਨ ਦੀ ਬਦੌਲਤ। ਜਿੱਦਾਂ ਮੈਂ ਹੁਣ ਹਿੱਸੇਦਾਰ ਬਣ ਗਿਆ, ਮੇਰੇ ਕੋਲ ਉਹਦੇ ਯੂਜੇ ਦੇ ਪੂਰੇ ਅਧਿਕਾਰ ਆ ਗਏ ਨੇ, ਹੱਕ ਮਿਲ ਗਏ ਨੇ, ਮੈਂ ਉਹ ਲੈ ਲਏ। ਤਿਸ ਊਚੇ ਕੋ ਜਾਣੇ ਸੋਏ। ਹੁਣ ਇਸ ਉੱਚਾਈ ਦੀ ਅਵਸਥਾ ਨੂੰ, ਇਸ ਨਰਮਲ ਠਹਿਰਾਵ ਦੀ ਅਵਸਥਾ ਨੂੰ ਜਾਣੇ ਸੋਏ। ਇਹ ਸੋਏ ਕੌਣ ਹੈ? ਸੋਏ ਹੈ ਉਹ ਮੇਰਾ ਜਾਗਿਆ ਹੋਇਆ ਮਨ, ਜੋ ਹੁਣ ਇਹਦੇ ਵਿੱਚ ਆਪਣੇ ਮਾਨ ਰਿਹਾ, ਇਸ ਨਿਰਮਲਤਾ ਨੂੰ, ਇਸ ਨਿਰਮਾਣਤਾ ਨੂੰ, ਇਸ ਸੁਖੈਨ ਅਵਸਥਾ ਨੂੰ ਮਾਨ ਰਿਹਾ ਜਿਹੜਾ ਮਨ ਹੈ, ਉਹਦੀ ਗੱਲ ਹੋ ਰਹੀ ਹੈ। ਇਸ ਉੱਚੇ ਕੋ ਜਾਣੇ ਸੋਏ, ਹੁਣ ਇਹਦੀ ਜਾਣ ਪਛਾਣ ਬਣ ਰਹੀ ਹੈ ਉਹਦੇ ਤੋਂ। ਜੇਵਟ ਆਪ ਜਾਣੇ ਆਪ ਆਪ, ਜੇਵਟ, ਜੇਵਟ ਦੇ ਡੱਡੇ ਨੂੰ ਵੀ ਔਂਕੜ ਹੈ ਇੱਕ ਵਚਨ। ਜੇਵਟ ਮਤਲਬ ਇਹ ਉਸ ਇੱਕ ਜੋ ਵਿਧਾਨ ਦੀ ਗੱਲ ਹੋ ਰਹੀ ਹੈ, ਕੁਦਰਤ ਦੀ ਗੱਲ ਹੋ ਰਹੀ ਹੈ, ਰੱਬ ਦੀ ਗੱਲ ਹੋ ਰਹੀ ਹੈ, ਮੇਰੇ ਸਾਹਿਬ ਦੀ ਗੱਲ ਹੋ ਰਹੀ ਹੈ, ਜਿਹਦੇ ਕੋਲ ਖਜ਼ਾਨੇ ਦਾ ਜਿਹੜਾ ਮਾਲਕ ਹੈ ਉਹਦੀ ਗੱਲ ਹੋ ਰਹੀ ਹੈ, ਜਿਹਨੇ ਖਜ਼ਾਨਾ ਪੂਰਾ ਫਰੇਰ ਕੇ ਰੱਖਿਆ ਹੋਇਆ, ਖੋਲ ਕੇ ਰੱਖਿਆ ਹੋਇਆ। ਜੇਵਟ ਆਪ, ਜਿੰਨਾ ਵੱਡਾ ਉਹ ਆਪ ਹੈ, ਜੋ ਉਹਦੀ ਹਸਤੀ ਹੈ, ਜਾਣੇ, ਜਾਣੇ ਦੇ ਡਣੇ ਨੂੰ ਦੁਲੈਂਦੜ ਹੈ, ਜਾਣੇ ਆਪਣੇ ਅੰਦਰ ਪਛਾਣਨਾ, ਮੈਂ ਆਪਣੇ ਅੰਦਰ ਜਾਣ ਪਛਾਣ ਦੀ ਬਣਾ ਲਈ, ਜਾਣੇ ਆਪ ਆਪ, ਕਿ ਉਹ ਆਪ ਮੇਰੇ ਅੰਦਰ ਵਰਤ ਰਿਹਾ। ਕਿਹੜਾ? ਉਜੇਵਟ ਵਾਲਾ, ਉਹ ਮੇਰੇ ਅੰਦਰ ਵਰਤ ਰਿਹਾ, ਉਹਦੇ ਨਾਲ ਮੇਰਾ ਜੋੜ ਸੰਬੰਧ ਬਣ ਗਿਆ। ਨਾਨਕ ਨਦਰੀ ਕਰਮੀ ਦਾਤ, ਨਾਨਕ ਪਾਤਸ਼ਾਹ ਆਪਣੇ ਆਪ ਨੂੰ ਸੰਬੋਧਿਤ ਕਰਦੇ ਹੋਏ ਕਿ ਇਹ ਨਾਨਕ। ਨਦਰੀ, ਨਦਰੀ ਹੁੰਦਾ ਹੈ ਫਲਸਫਾ, ਜਿਹਦੀ ਅਸੀਂ ਸ਼ੁਰੂਆਤ ਵਿੱਚ ਗੱਲ ਕਰਕੇ ਆਏ, ਪਾਤਸ਼ਾਹ ਨੇ ਫਲਸਫਾ ਜੋ ਰਚਿਆ। ਫਲਸਫਾ ਦੇਖੋ ਇੱਕ ਐਸੀ ਵਸਤੂ ਹੈ, ਇੱਕ ਐਸਾ ਮਤਲਬ ਪਾਰਟ ਹੈ, ਜਾਂ ਐਸੀ ਇੱਕ ਚੀਜ਼ ਹੈ ਜਿਹਦਾ ਕਿਸੇ ਦੇ ਨਾਲ ਵਿਤਕਰਾ, ਕਿਸੇ ਦੇ ਨਾਲ ਤੇਰਮੇਰ, ਕਿਸੇ ਦੇ ਨਾਲ ਊਚ ਨੀਚ, ਕਿਸੇ ਦੇ ਨਾਲ ਵਾਦ ਵਿਵਾਦ ਵਾਲੀ ਅਵਸਥਾ ਨਹੀਂ ਹੈ, ਜਿਹਨੂੰ ਅਸੀਂ ਫਿਲੋਸਫੀ ਕਹਿੰਦੇ ਹਾਂ। ਫਿਲੋਸਫੀ ਕਿਸੇ ਬੰਦੇ ਨੂੰ ਸਾਹਮਣੇ ਰੱਖ ਕੇ ਨਹੀਂ ਲਿਖੀ ਜਾਂਦੀ ਹੈ, ਹਮੇਸ਼ਾ ਫਿਲੋਸਫੀ ਜਿਹੜੀ ਹੈ ਉਹ ਸੋਚ ਦੇ ਪਤਾਏ ਲਿਖੀ ਜਾਂਦੀ ਹੈ। ਹੁਣ ਇਹ ਸੋਚ ਸਾਰੀ ਦੁਨੀਆ ਦੀ ਇੱਕ ਕਾਮਨ ਅਵਸਥਾ ਹੈ। ਇਸ ਸੋਚ ਨੂੰ ਕਨਵਰਟ ਕਰਨ ਵਾਸਤੇ, ਇਸ ਸੋਚ ਨੂੰ ਟ੍ਰਾਂਸਫਾਰਮ ਕਰਨ ਵਾਸਤੇ ਬਹੁਤ ਸਾਰੀਆਂ ਫਿਲੋਸਫੀਆਂ ਘੜੀਆਂ ਜਾਂਦੀਆਂ। ਹਰ ਕੋਈ ਜਿੰਨਾ ਵਿਦਵਾਨ ਹੈ ਉਨੀ ਵਿਦਵਤਾ ਦਾ ਇਸਤੇਮਾਲ ਕਰਦਾ ਹੈ। ਕੋਈ ਜਿਹੜੀ ਵਿਦਵਤਾ ਇਸਤੇਮਾਲ ਕਈ ਵਾਰੀ ਐਸੀ ਵੀ ਕੀਤੀ ਜਾਂਦੀ ਹੈ ਕਿ ਉਹਦਾ ਰਿਜ਼ਲਟ ਅੱਛੇ ਨਹੀਂ ਆਉਂਦੇ, ਲੇਕਿਨ ਗੁਰਬਾਣੀ ਦਾ ਜੋ ਫਲਸਫਾ ਹੈ ਨਾਨਕ ਨਦਰੀ, ਉਹ ਯੂਨੀਵਰਸਲ ਟਰੁੱਥ ਦੇ ਆਧਾਰ ਤੇ ਹੈ, ਕਿਸੇ ਦੀ ਫੇਵਰ ਵਿੱਚ, ਕਿਸੇ ਦੇ ਅਗੇਂਸਟ ਨਹੀਂ, ਕਿਸੇ ਵਾਸਤੇ ਨੇੜਤਾ, ਕਿਸੇ ਵਾਸਤੇ ਦੂਰ ਨਹੀਂ।
ਹਰ ਇੱਕ ਦੇ ਕੰਮ ਦੀ ਹੈ, ਹਰ ਕੋਈ ਉਹਨੂੰ ਆਰਾਮ ਨਾਲ ਸੁਣ ਸਕਦਾ ਹੈ। ਦੇਖੋ ਅਸੀਂ ਬਚਪਨ ਤੋਂ ਇੱਕ ਸਾਖੀ ਜਾਂ ਕਹਾਣੀ ਪੜ੍ਹਦੇ ਆ ਰਹੇ ਹਾਂ, ਜਾਂ ਸਕੂਲ 'ਚ ਵੀ ਮੋਰਲ ਪੀਰੀਅਡ 'ਚ ਸਿਖਾਈ ਜਾਂਦੀ ਸੀ ਕਿ ਵੀ ਇੱਕ ਬੋਰਡ 'ਤੇ ਲਾਈਨ ਖਿੱਚ ਦਿੱਤੀ ਹੈ ਅਤੇ ਉਹਨੂੰ ਬਿਨਾਂ ਕੱਟੇ ਲਾਈਨ ਨੂੰ ਛੋਟਾ ਕਰਕੇ ਦਿਖਾਓ, ਕੋਈ ਕੱਟ ਵੱਟ ਨਹੀਂ ਕਰਨੀ, ਕੋਈ ਮਿਟਾਉਣਾ ਨਹੀਂ, ਕੋਈ ਹੋਰ ਕੁਛ ਕਰਨਾ ਨਹੀਂ, ਇਹਨੂੰ ਛੋਟਾ ਕਰਕੇ ਦਿਖਾਓ। ਸੋ ਇਹ ਬੁਝਾਰਤ ਹੁੰਦੀ ਸੀ, ਅੱਜ ਤਾਂ ਸਾਰਿਆਂ ਨੂੰ ਪਤਾ ਹੀ ਹੈ ਬੜੀ ਪੁਰਾਣੀ ਬੁਝਾਰਤ ਹੋ ਗਈ। ਸੋ ਸਿੰਪਲੀ ਡਰਾ ਏ ਬਿਗਰ ਲਾਈਨ। ਮਾਫ ਕਰਨਾ, ਇਹ ਚੀਜ਼ ਇੰਨੀ ਛੋਟੀ ਨਹੀਂ ਸੀ ਜਿੰਨੀ ਅਸੀਂ ਛੋਟੀ ਸਮਝੀ ਹੋਈ ਹੈ ਹੁਣ ਤੱਕ। ਇਹ ਦੇਖਣਾ ਅਸੀਂ ਕਰ ਪਾਏ ਹਾਂ ਅੱਜ ਤੱਕ, ਐਡਾ ਵੱਡਾ ਖਜ਼ਾਨਾ ਮੌਜੂਦ ਹੋਵੇ, ਇੰਨੀ ਯੂਨੀਵਰਸਲ ਬਾਣੀ ਸਾਡੇ ਕੋਲ ਟਰੁੱਥ ਮੌਜੂਦ ਹੋਵੇ, ਅਸੀਂ ਹਾਲੇ ਵੀ ਕੱਟ ਵੱਟ 'ਤੇ ਲੱਗੇ ਹੋਏ ਹਾਂ ਕਿ ਫਲਾਣਾ ਘੱਟ ਹੈ, ਫਲਾਣਾ ਵੱਧ ਹੈ, ਸਾਡੀ ਗੱਲ ਉੱਚੀ ਆ, ਉਹਨਾਂ ਦੀ ਨੀਵੀਂ, ਇਹਦੇ 'ਤੇ ਲੱਗੇ ਹੋਏ। ਸਾਨੂੰ ਇਸ ਪੱਖੋਂ ਜਾਗਣਾ। ਗੁਰੂ ਨਾਨਕ ਸਾਹਿਬ ਜੇ ਹਰਿਦੁਆਰ 'ਚ ਵੀ ਬਹਿ ਕੇ ਗੱਲ ਕਰ ਲੈਂਦੇ ਨੇ, ਜੇ ਉਹ ਉੜੀਸਾ ਜਾ ਕੇ ਉੱਥੇ ਮੰਦਰ 'ਚ ਵੀ ਗੱਲ ਕਰ ਲੈਂਦੇ ਨੇ, ਦੇਖੋ ਉਹਦੇ ਆਰਤੀ ਹੋ ਰਹੀ ਹੈ ਨਾ, ਗੁਰੂ ਸਾਹਿਬ ਨੇ ਆਰਤੀ ਨੂੰ ਦੇਖੋ ਯੂਨੀਵਰਸਲ ਟਰੁੱਥ ਬਣਾ ਦਿੱਤਾ, ਐਸੇ ਵਰਡਿੰਗਸ ਦਿੱਤੇ, ਐਸੇ ਲਫਜ਼ ਦਿੱਤੇ ਉਹਦੇ ਵਿੱਚ, ਗਗਨ ਮੈਂ ਥਾਪ ਰਵਚਾਂ ਦੀਪਕ ਬਣੇ ਤਾਰਕਾ ਮੰਡਲ ਜਨਕ ਮੂਰਤੀ। ਕਿਹੜਾ ਪੰਡਤ ਮਤਲਬ ਗਿਆਨੀ ਜਿਹੜੇ ਬੈਠੇ ਹੋਏ, ਸਾਨੂੰ ਕੋਈ ਅਗਿਆਨੀ ਤਾਂ ਨਹੀਂ ਸਮਝਣਾ, ਉਹ ਵੀ ਪੜ੍ਹੇ ਲਿਖੇ ਲੋਕ ਸਨ, ਇੱਕ ਫਿਲੋਸਫੀ ਦੇ ਅੰਡਰ ਉਹ ਵੀ ਕੰਮ ਕਰੀ ਜਾ ਰਹੇ ਨੇ, ਲੇਕਿਨ ਪਾਤਸ਼ਾਹ ਇੱਕ ਐਸੀ ਵਕੈਬਲਰੀ ਐਸੀ ਭਾਸ਼ਾ ਦੀ ਵਰਤੋਂ ਕਰਦੇ ਨੇ ਕਿ ਉਹ ਅਚੰਭਿਤ ਹੋ ਜਾਂਦੇ ਨੇ, ਵਿਸਮਾਦਿਤ ਹੋ ਜਾਂਦੇ ਨੇ। ਸੋ ਇਹ ਤਰੀਕਾ ਸਾਨੂੰ ਵੀ ਸਿੱਖਣ ਦੀ ਲੋੜ ਹੈ, ਪਾਤਸ਼ਾਹ ਕਿਵੇਂ ਕਰਦੇ ਸਨ, ਅਸੀਂ ਵੀ ਉਹ ਕਰ ਪਾਈਏ। ਇਹ ਹੋਏਗਾ ਨਦਰੀ ਕਰਮੀ ਦਾਤ, ਕਰਮੀ ਮੇਰੇ ਕਰਮਾਂ 'ਚ ਆ ਜਾਏ। ਹੁਣੇ ਅਸੀਂ ਗੱਲ ਕੀਤੀ ਕਿ ਪ੍ਰਚਾਰ ਕਿਹਨੂੰ ਕਹਿੰਦੇ ਹਾਂ, ਮੇਰੇ ਉਸ ਸੁਭਾਅ ਵਿੱਚ, ਮੇਰੇ ਵਤੀਰੇ ਵਿੱਚ ਉਹ ਜੋ ਗੱਲਾਂ ਹੈਗੀਆਂ ਨੇ ਜਿਹਨੂੰ ਅਸੀਂ ਯੂਨੀਵਰਸਲ ਟਰੁੱਥ ਕਹੀ ਜਾਂਦੇ ਹਾਂ ਵਾਰ 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 ਵਾਰ, ਉਹ ਕੀ ਮੇਰੀ ਵਰਤੋਂ 'ਚ ਹੈਗੇ ਨੇ ਜਦੋਂ ਮੈਂ ਸੰਸਾਰ ਵਿੱਚ, ਸਮਾਜ ਵਿੱਚ, ਪਰਿਵਾਰ ਵਿੱਚ ਵਿਚਰਦਾ, ਕੀ ਉਹ ਹੈਗੇ ਨੇ। ਤਾਂ ਨਦਰੀ ਕਰਮੀ ਇਹ ਦਾਤ ਜਿਹੜੀ ਹੈ ਸਮਝੋ ਮਿਲੀ ਤੁਹਾਨੂੰ, ਇਸ ਤਰੀਕੇ ਨਾਲ ਇਹ ਦਾਤ ਲਈ ਜਾਂਦੀ। ਸੋ ਟੂ ਕੰਕਲੂਡ, ਅੱਜ ਦੀ ਜੋ ਨਟਸ਼ੈਲ ਵਿੱਚ ਪੌੜੀ ਸਾਨੂੰ ਫਰਮਾਨ ਜੋ ਸੁਝਾਅ ਦਿੰਦੀ ਹੈ, ਜੋ ਨੇਕ ਸਲਾਹ ਦਿੰਦੀ ਹੈ, ਉਹ ਹੈਗੀ ਹੈ ਕਿ ਮੈਂ ਇੱਕ ਬੜੇ ਵੱਡੇ ਖਜ਼ਾਨੇ ਦਾ ਮਾਲਕ ਹਾਂ ਔਰ ਉਹਦੇ ਇਸਤੇਮਾਲ ਵਿੱਚ ਵੀ ਮੇਰੇ ਵਾਸਤੇ ਕੋਈ ਰੋਕ ਟੋਕ, ਕੋਈ ਬੰਦਿਸ਼ ਨਹੀਂ ਹੈ। ਮੈਨੂੰ ਆਪਣੀ ਸਿਆਣਪ ਜੋ ਮੈਨੂੰ ਇਨਬਿਲਟ ਮਿਲੀ ਹੋਈ ਹੈ, ਉਹ ਵੀ ਮੈਂ ਕਿੱਥੋਂ ਲੈਣ ਨਹੀਂ ਜਾਣੀ, ਨਾ ਕਿੱਥੋਂ ਕਿਰਾਏ 'ਤੇ ਲੈਣੀ ਹੈ, ਨਾ ਕਿੱਥੋਂ ਖਰੀਦ ਕੇ ਲਿਆਉਣੀ ਹੈ। ਆਲਰੇਡੀ ਇਟ ਇਜ਼ ਦੇਅਰ, ਕਿਉਂਕਿ ਘੱਟ ਘੱਟ ਮੈਂ ਪਰਮਾਤਮਾ ਵਸਦਾ ਪਿਆ, ਘੱਟ ਘੱਟ ਮੈਂ ਹਾਜ਼ੂ ਵਸੂ। ਸੋ ਇਹ ਆਲਰੇਡੀ ਮੌਜੂਦ ਹੈ ਮੇਰੇ ਕੋਲ, ਉਸ ਖਜ਼ਾਨੇ ਨੂੰ ਮੈਨੂੰ ਯੂਜ਼ ਕਰਨਾ ਮੈਂ, ਇਹ ਮੇਰੇ ਜੀਵਨ ਦਾ ਮੰਤਵ ਹੈ, ਆਪਣੇ ਕਰਮਾਂ ਵਿੱਚ, ਆਪਣੇ ਵਤੀਰੇ ਵਿੱਚ, ਆਪਣੀ ਗੱਲਬਾਤ ਵਿੱਚ ਉਹਨੂੰ ਲੈ ਕੇ ਆਉਣਾ। ਸੋ ਇਹ ਪੌੜੀ ਸਾਨੂੰ ਸਮਝਾ ਰਹੀ ਹੈ, ਜੋ ਮੈਨੂੰ ਸਮਝਾਇਆ ਅਤੇ ਮੈਂ ਸਾਂਝ ਕੀਤੀ ਹੈ। ਬਹੁਤ ਸਾਰੀਆਂ ਕਮੀਆਂ, ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ, ਉਹਦੇ ਲਈ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ।